ਨਮਸਕਾਰ ਪ੍ਰੋਗਰਾਮ ਹੈਲੋ ਡਾਕਟਰ ਵਿਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਡਾਕਟਰ ਨਰੇਸ਼ ਪਟਲਾ ਪਿਆਰੇ ਦਰਸ਼ਕੋ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਆਦਮੀ ਦੇ ਦਿਲ 'ਚ ਜਾਣ ਦਾ ਰਸਤਾ ਉਹਦੇ ਪੇਟ ਦੇ ਰਾਹੀਂ ਹੁੰਦਾ ਹੈ ਅਸੀਂ ਬੜੀ ਵਾਰੀ ਦਿਲ ਦੀਆਂ ਤਕਲੀਫਾਂ ਦਾ ਹੀ ਜ਼ਿਕਰ ਕਰੀਦਾ ਹੈ ਜ਼ਿਆਦਾ ਤੌਰ ਤੇ ਦਿਲ ਦੀਆਂ ਤਕਲੀਫਾਂ ਨੂੰ ਹੀ ਗੰਭੀਰਤਾ ਨਾਲ ਲਿਆ ਜਾਂਦਾ ਹੈ ਲੇਕਿਨ ਜੇ ਦੇਖਿਆ ਜਾਵੇ ਤਾਂ ਪੇਟ ਦੀਆਂ ਤਕਲੀਫਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੈਕਸਿਮਮ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਦ ਕਿ ਉਹ ਕਿੰਨੀਆਂ ਗੰਭੀਰ ਹੋ ਸਕਦੀਆਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਅੱਜ ਅਸੀਂ ਪੇਟ ਦੀਆਂ ਜਿਗਰ ਦੀਆਂ ਤਕਲੀਫਾਂ ਬਾਰੇ ਗੱਲਬਾਤ ਕਰਾਂਗੇ ਥੋੜੇ ਜਿਹਾ ਆਮ ਤਕਲੀਫਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਅੱਜ ਕੱਲ ਦੇ ਜੀਵਨ ਸ਼ੈਲੀ ਕਿਸ ਤਰ੍ਹਾਂ ਉਹਨਾਂ ਨੂੰ ਅਸਰ ਕਰ ਰਹੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਜ਼ਿਹਨ ਵਿੱਚ ਇਸ ਨਾਲ ਜੁੜੇ ਬੜੇ ਸਵਾਲ ਹੋਣਗੇ ਤੁਸੀਂ ਸਾਡਾ ਟੈਲੀਫੋਨ ਨੰਬਰ ਨੋਟ ਕਰੋ ਤੁਸੀਂ ਟੈਲੀਫੋਨ ਰਾਈ ਸਾਨੂੰ ਇਹ ਸਵਾਲ ਸਿੱਧਾ ਪੁੱਛ ਸਕਦੇ ਹੋ ਸੈਟਿਟਿਵ ਟੈਲੀਫੋਨ ਨੰਬਰ ਹਨ 01802812848 018028128464 ਇਸ ਵਿਸ਼ੇ ਤੇ ਬਧੇਰੀ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਹਨ ਡਾਕਟਰ ਮਨੀਸ਼ ਅਗਰਵਾਲ ਡਾਕਟਰ ਮਨੀਸ਼ ਅਗਰਵਾਲ ਇੱਕ ਬਹੁਤ ਜਾਣੇ ਮਾਣੇ ਗੈਸਟਰੋਐਂਟੋਲੋਜਿਸਟ ਹਨ ਡੀਐਮ ਗੈਸਟਰੋ ਹਨ ਤੇ ਕਾਫੀ ਜ਼ਿਆਦਾ ਇਨਵੇਸਿਵ ਪ੍ਰੋਸੀਜਰਸ ਇਹਨਾਂ ਦਾ ਐਕਸਪੀਰੀਅੰਸ ਹੈ ਜਤ ਤੋ ਸਾਰਨਾ ਜੁੜਦੇ ਹੋ ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਜਾਰੀ ਕਰਦਾ ਹਾਂ ਡੋਸਰ ਪਹਿਲਾ ਪ੍ਰੋਗਰਾਮ ਇਸ ਤੁਹਾਡਾ ਬਹੁਤ ਬਹੁਤ ਸਾਰਾ ਡੋਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਪੇੜ ਦੀਆਂ ਐਸੀਆਂ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਹੜੇ ਕਿ ਬਹੁਤ ਜ਼ਿਆਦਾ ਕਾਮਨ ਹੁੰਦੀਆਂ ਹਨ ਅੱਜ ਕੱਲ ਪਿਛਲੇ ਕੁਝ ਸਾਲਾਂ ਤੋਂ ਪੇੜ ਦੀਆਂ ਬਿਮਾਰੀਆਂ ਕਾਫੀ ਜ਼ਿਆਦਾ ਵਧ ਗਈਆਂ ਜੀ ਆਮ ਲੋਕ ਸੋਚਦੇ ਆ ਕਿ ਜ਼ਿਆਦਾ ਅੱਜ ਕੱਲ ਹਾਰਦੀ ਬਿਮਾਰੀਆਂ ਬਟ ਆਪਾਂ ਦੇਖਿਆ ਜਾਏ ਤਾਂ ਪੇੜ ਦੀਆਂ ਬਿਮਾਰੀਆਂ ਕਾਫੀ ਜ਼ਿਆਦਾ ਵਧ ਗਈਆਂ ਜੀ ਜਿਹੜੇ ਕਾਮਨ ਪੇੜ ਦੀਆਂ ਬਿਮਾਰੀਆਂ ਜਿਹੜੀਆਂ ਅੱਜ ਕੱਲ ਦੇਖੀ ਗਈਆਂ ਉਹਦੇ ਵਿੱਚ ਇੱਕ ਹੈਗੀ ਹੈ ਗੈਸ ਸੀ ਮਾਰੀ ਹਾਂਜੀ ਐਸਿਡ ਤੋਂ ਬਿਮਾਰੀਆਂ ਹਾਂਜੀ ਤੇ ਫੈਟੀ ਲੀਵਰ ਤੇ ਹੈਪੋਟਾਈਟਸ ਜਿਹੜਾ ਕਿ ਲੀਵਰ ਦੇ ਵਿੱਚ ਸੋਜਿਸ਼ ਆਣਾ ਇਹ ਤਿੰਨ ਚਾਰ ਬਿਮਾਰੀਆਂ ਜਿਹੜੀਆਂ ਅੱਜਕੱਲ ਕਾਫੀ ਜ਼ਿਆਦਾ ਵਧ ਗਈਆਂ ਹਨ ਹਾਂਜੀ ਇਹ ਕਬਜ਼ ਦੀ ਤਕਲੀਫ ਵੀ ਬੜੀ ਜ਼ਿਆਦਾ ਕਾਮਨ ਪਾਈ ਜਾਂਦੀ ਹੈ ਪਹਿਲਾਂ ਕਬਜ਼ ਦੇਖਿਆ ਜਾਂਦਾ ਸੀ ਕਿ ਉਹ ਡੇ ਜੇ ਚੀ ਚੋਚਾ ਜਾਂਦਾ ਸੀ ਹੁੰਦੀ ਪਰ ਹੁਣ ਤਾਂ ਯੰਗ ਜਨਰੇਸ਼ਨ ਵਿੱਚ ਵੀ ਕਬਜ਼ ਦੀ ਬੜੀ ਤਕਲੀਫ ਆਉਂਦੀ ਹੈ ਡਾਕਟਰ ਜੀ ਜਿਹੜੀ ਕਾਮਨ ਜੀਆਂ ਸਮੱਸਿਆਵਾਂ ਹੈਗੀਆਂ ਜਿਹੜੀਆਂ ਜਿੰਨਾ ਤੁਸੀਂ ਜ਼ਿਕਰ ਕੀਤਾ ਇਹ ਇੰਨੀਆਂ ਜ਼ਿਆਦਾ ਕਿਉਂ ਕਾਮਨ ਹੋ ਗਈਆਂ ਅੱਜਕੱਲ ਪਹਿਲਾਂ ਤਾਂ ਇੰਨਾ ਜ਼ਿਆਦਾ ਨਹੀਂ ਮੰਨਿਆ ਜਾਂਦਾ ਸੀ ਇਹ ਤੁਸੀਂ ਬੜੀ ਅੱਛੀ ਗੱਲ ਪੁੱਛੀ ਅੱਜਕੱਲ ਬੇਸਿਕਲੀ ਇਹ ਜਿਹੜੀ ਸਾਰੀ ਹਾਂਜੀ ਅੱਜ ਕੱਲ ਆਪਣਾ ਜਿਹੜਾ ਖਾਣ-ਪਾਨ ਹੈ ਉਹ ਕਾਫੀ ਜ਼ਿਆਦਾ ਖਰਾਬ ਹੋ ਗਿਆ ਜਿਸ ਦਾ ਫੋਰ ਐਗਜ਼ਾਮਪਲ ਆਪਾਂ ਅੱਜ ਕੱਲ ਕਾਫੀ ਤਲੀਆਂ ਚੀਜ਼ਾਂ ਮਸਾਲੇ ਕਿ ਉਹ ਖਾਣੇ ਸ਼ੁਰੂ ਕਰਤੇ ਹੈ ਹਾਂਜੀ ਛੋਟੇ ਛੋਟੇ ਬੱਚੇ ਅੱਜ ਕੱਲ ਸਟ੍ਰੀਟ ਫੂਡ ਖਾਦੇ ਹੈ ਜੰਕ ਫੂਡ ਖਾਂਦੇ ਹੈ ਇਹ ਸਾਰੀ ਜਿਹੜਾ ਆਪਣਾ ਜਿਹੜਾ ਖਾਣ-ਪਾਨ ਹੈ ਇਹ ਆਪ ਨੂੰ ਇਹ ਸਾਰੀਆਂ ਬਿਮਾਰੀਆਂ ਤੋਂ ਵਿੱਚ ਆਪ ਨੂੰ ਕਨਵਰਟ ਕਰਦਾ ਹਾਂਜੀ ਹਾਂਜੀ ਤੇ ਕਈ ਵਾਰੀ ਆਪਾਂ ਦੇਖਿਆ ਕਿ ਆਪਾਂ ਸੌਸ ਫਾਈ ਨਹੀਂ ਰੱਖਦੇ ਕੋਈ ਜਾਰੋ ਸਬਜੀ ਲੈ ਕੇ ਆਏ ਆ ਉਹਨੂੰ ਧੋਂਦੇ ਨਹੀਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹੱਥ ਧੋ ਕੇ ਰੋਟੀ ਨਹੀਂ ਖਾਂਦੇ ਸੋ ਕਈ ਸਾਫ ਸਫਾਈ ਨਾ ਕਰਨ ਕਰਕੇ ਵੀ ਕਈ ਇਨਫੈਕਸ਼ਨਾਂ ਪੇਟ ਤੇ ਅੰਤ ਪੇਟ ਦੇ ਵਿੱਚ ਅੰਦਰ ਚਲੇ ਜਾਂਦੀਆਂ ਜ ਜਿਹਦੇ ਨਾਲ ਆਪ ਨੂੰ ਪੇਟ ਦੀਆਂ ਬਿਮਾਰੀਆਂ ਤੇ ਲੀਵਰ ਦੀਆਂ ਬਿਮਾਰੀਆਂ ਕਾਫੀ ਜ਼ਿਆਦਾ ਵੱਧ ਗਈਆਂ ਹਾਂਜੀ ਇਹ ਦੋਸੇ ਕੰਡੈਂਸਟੇਟਿਡ ਫੂਡ ਜਿਹੜਾ ਆ ਰਿਹਾ ਅੱਜਕੱਲ ਬੜਾ ਤੇ ਉਹ ਕਿੱਦਾਂ ਕਿਸ ਤੇ ਅਸਰ ਕਰਦਾ ਪੇਟ ਤੇ ਹਾਂਜੀ ਦੇਖੋ ਦੇਖੋ ਕੋਈ ਵੀ ਚੀਜ਼ ਜਿਹੜੀ ਕਿ ਪ੍ਰੋਪਰਲੀ ਨਹੀਂ ਬਣਾਈ ਗਈ ਵਿੱਚ ਕੋਈ ਨਾ ਕੋਈ ਐਸੇ ਤੱਤ ਹੁੰਦੇ ਆ ਜਿਹੜੇ ਕਿ ਲਿਵਰ ਨੂੰ ਪੇਟ ਨੂੰ ਨੁਕਸਾਨ ਕਰਦਾ ਕਿਹੜੇ ਸਾਈਡ ਬੜਿਆ ਅਸਰ ਕਰਦੇ ਕਿਉਂਕਿ ਅੱਜ ਕੱਲ ਆਪਣੇ ਕਿਸਾਨ ਵੀਰ ਕਈ ਹੋਰ ਕਈ ਦਵਾਈਆਂ ਦਾ ਛੜਕਾਫ ਕਰਦੇ ਆ ਆਪਣੀ ਫਸਲਾਂ ਨੂੰ ਬਚਾਣ ਲਈ ਪਰ ਉਹ ਕਈ ਵਾਰੀ ਉਹ ਜਿਹੜੀ ਦਵਾਈਆਂ ਹੈਗੀਆਂ ਉਹ ਆਪਣੀ ਖਾਂ-ਪੀਣ ਜਾਂ ਫੂਡ ਜਿਹੜੇ ਆਪਣਾ ਕੋਈ ਸਮਾਨ ਆਪਾਂ ਬਜਾਰੋਂ ਖਰੀਦਦੇ ਆ ਉਹ ਸਬਜ਼ੀਆਂ ਲੈਣੇ ਉਹਦੇ ਰਾਹੀਂ ਆਪਣੇ ਮੂੰਹ ਰਾਹੀਂ ਅੰਦਰ ਪੇਟ ਸੇ ਚਲੀ ਜਾਂਦੀ ਹੈ ਤੇ ਆਪਣੀ ਬੀਬੀ ਆਪਣੀ ਪੇਟ ਦੀ ਤੇ ਲਿਵਰ ਦੀ ਕਈ ਬਿਮਾਰੀਆਂ ਦਾ ਰੂਪ ਦੇ ਵਿੱਚ سامنے ਪ੍ਰਗਟ ਹੁੰਦੀਆਂ ਤੇ ਨੁਕਸਾਨ ਕਰਦੀਆਂ ਹਾਂ ਜੀ ਇੰਡਸਰ ਕਈ ਵਾਰੀ ਦਿਖਣ ਚਾਹੁੰਦਾ ਤੁਸੀਂ ਸੜਕ ਤੇ ਜਾਓ ਕਈ ਜਗ੍ਹਾ ਬੋਰਡ ਲੱਗੇ ਹੁੰਦੇ ਆ ਕਿ ਤੁਸੀਂ ਆ ਚੂਰਨ ਇਸਤੇਮਾਲ ਕਰੋ ਤੁਹਾਡਾ ਪੇਟ ਠੀਕ ਰਹੇਗਾ ਪੇਟ ਗੈਸ ਤੇ ਬਦਜਮੀ ਦਾ ਇਲਾਜ ਇਹ ਵਾਲੀ ਦਵਾਈ ਇਹ ਟੋਸਬ ਜਿੱਦਾਂ ਆਮ ਜਿੱਦਾਂ ਪ੍ਰਚਲਿਤ ਹੈ ਤਾਂ ਲਿਖ ਦਿੰਦੇ ਆ ਕੀ ਇਸ ਤਰ੍ਹਾਂ ਦਵਾਈ ਦਾ ਇਸਤੇਮਾਲ ਕਰਨਾ ਚਾਹੀਦਾ ਇਹ ਲੈਣੀ ਚਾਹੀਦੀ ਮੈਂ ਇਸ ਚੀਜ਼ ਦੇ ਬਿਲਕੁਲ ਹੀ ਖਿਲਾਫ ਹਾਂ ਕਿ ਜਿਹੜੇ ਦੇਖੋ ਕਈ ਚੁਰਨ ਕਈ ਲੋਕ ਲਿਖਦੇ ਆ ਬਾਜ਼ਾਰ ਦੇ ਵਿੱਚ ਆ ਲੈ ਲਓ ਲੈ ਲਓ ਸਾਨੂੰ ਆਪ ਨੂੰ ਨਹੀਂ ਪਤਾ ਕਿਸ ਨੂੰ ਵੀ ਪਤਾ ਕਿ ਵੀ ਇਹਦੇ ਵਿੱਚ ਕੀ ਚੀਜ਼ ਮਿਲਾਈ ਜਾਂਦੀ ਹੈ ਚੁਰਨ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਕੁਝ ਕਈ ਤੱਤ ਵੈਸੇ ਹੈ ਕਿ ਜਿਹੜੇ ਆਪਣੇ ਪੇਟ ਨੂੰ ਤੇ ਲਿਵਰ ਨੂੰ ਨੁਕਸਾਨ ਕਰਦੇ ਆਮ ਆਦਮੀ ਉਹ ਚੀਜ਼ਾਂ ਪੜ੍ਹ ਕੇ ਕਿ ਇਹ ਚੁਰਨ ਖਾ ਗਏ ਉਹਦੀ ਸਾਰੀ ਬਿਮਾਰੀਆਂ ਠੀਕ ਹੋ ਜਾਣਗੀਆਂ ਫਟਾਫਟ ਲੈ ਲੈਂਦਾ ਪਰ ਬਾਅਦ ਚ ਜਦੋਂ ਉਹਨੂੰ ਬਿਮਾਰੀਆਂ ਹੁੰਦੀਆਂ ਨੇ ਤਾਂ ਉਹਨੂੰ ਪਤਾ ਲੱਗਦਾ ਕਿ ਮੈਂ ਬਹੁਤ ਵੱਡੀ ਗਲਤੀ ਕਰ ਗਿਆ ਹਾਂ ਜੀ ਸੋ ਕਈ ਵੀ ਐਜ ਚੁਰਨ ਦੇ ਵਿੱਚ ਕਈ ਵਾਰੀ ਸਟੀਰੋਇਡ ਹੀ ਕੋਈ ਹੋਰ ਕਿਸ ਤਰ੍ਹਾਂ ਦੀ ਕਈ ਦਵਾਈਆਂ ਐਸੀਆਂ ਜਿਹੜੀਆਂ ਪੇਟ ਤੇ ਲੀਵਰ ਨੂੰ ਨੁਕਸਾਨ ਕਰਦੀਆਂ ਹਾਂ ਜੀ ਸੋ ਮੈਂ ਇਹ ਚੀਜ਼ ਕਹੂੰਗਾ ਕਿ ਆਪਾਂ ਕਦੇ ਵੀ ਇਹ ਚੁਰਨ ਨਹੀਂ ਲੈਣਾ ਚਾਹੀਦਾ ਕੋਈ ਵੀ ਆਪਾਂ ਨੂੰ ਪੇਟ ਦੀ ਕੋਈ ਪ੍ਰੋਬਲਮ ਹੋ ਲੀਵਰ ਦੀ ਪ੍ਰੋਬਲਮ ਹੋ ਸਾਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਜਿਹੜੇ ਆਪਣੇ ਘਰ ਦੇ ਨੇੜੇ ਹਨ ਉਹਨੂੰ ਮਿਲਣਾ ਚਾਹੀਦਾ ਤੇ ਉਹਦੇ ਬਾਰੇ ਆਪਣੀ ਸਲਾਹ ਲੈਣੀ ਚਾਹੀਦੀ ਤੇ ਉਹਦੇ ਹਿਸਾਬ ਨਾਲ ਆਪਾਂ ਨੂੰ ਦਵਾਈ ਲੈਣੀ ਚਾਹੀਦੀ ਹਾਂਜੀ ਇਹ ਤੋਂ ਸਮ ਮੈਂ ਇੱਕ ਸ ਤਸੋਂ ਆਮ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਜਿਹੜੀ ਐਸਿਡ ਦੀ ਨਾ ਮੇਰੇ ਐਸਿਡ ਬਣਾ ਬੰਦਾ ਜੀ ਬੋੜੀ ਬਾਜ਼ਾਰ ਤੋਂ ਲੈਣੀ ਸ਼ੁਰੂ ਕਰ ਦਿੰਦੇ ਆ ਜਿੱਦਾਂ ਕੋਈ ਐਸਿਡ ਦੀ ਤਜਾਬ ਦੀਆਂ ਗੋਲੀਆਂ ਹੈਗੀਆਂ ਸੌਲਟ ਹੈਗੇ ਓਮੀਪ੍ਰਾਜ਼ੋਲ ਵਗੈਰਾ ਇਦਾਂ ਦੇ ਸੌਲਟ ਹੈਗੇ ਆ ਇਹਦਾ ਇਸਤੇਮਾਲ ਬਹੁਤ ਜ਼ਿਆਦਾ ਹੋ ਗਿਆ ਕੋਈ ਡਾਕਟਰ ਵੀ ਕਿਸੇ ਕੋਈ ਦਵਾਈ ਲੈਣ ਜਾਂ ਜਾਂਦੇ ਆ ਜਾਂ ਆਪਣੇ ਜਦੋਂ ਦਵਾਈਆਂ ਫ੍ਰੀ ਅਵੇਲੇਬਲ ਹੀ ਹੈਗੀਆਂ ਕਿਸੇ ਆਰਐਮਪੀ ਕੋਲ ਚਲ ਜਾਣਾ ਜਾਂ ਕਿਤੇ ਵੀ ਚਲ ਜਾਣਾ ਕੇਮਿਸ ਕੋਲ ਚਲ ਜਾਣਾ ਉਹਨੇ ਇਹ ਦਵਾਈ ਤਾਂ ਵਿੱਚ ਮਿਲਾਨੀ ਮਿਲਾਨੀ ਆ ਕੋਈ ਵੀ ਦਵਾਈਆਂ ਦੇ ਨਾਲ ਜਿਹੜਾ ਇੰਨਾ ਜ਼ਿਆਦਾ ਇੰਨਾ ਇਸ ਦਵਾਈ ਦਾ ਇਸਤੇਮਾਲ ਹੋ ਰਿਹਾ ਕੀ ਇਹਦਾ ਨੁਕਸਾਨ ਹੈ ਦੇਖੋ ਆ ਤੁਸੀਂ ਗੱਲ ਬੜੀ ਅੱਛੀ ਕੇ ਕੀ ਨਾ ਜਿਹੜੀ ਉਮੀਪਰਾਜ਼ੋਲ ਜੀ ਇੱਕ ਬੜੀ ਐਸੀ ਦਵਾਈਆਂ ਜਿਹੜੀ ਐਸਿਡ ਨੂੰ ਦਬਾਉਂਦੀ ਹੈ ਇਹ ਦਵਾਈ ਅੱਜਕਲ ਕਾਮਨਲੀ ਹਰ ਡਾਕਟਰ ਹਰ ਛੋਟੇ ਤੋਂ ਛੋਟਾ ਡਾਕਟਰ ਤੇ ਵੱਡਾ ਵੱਡਾ ਤੋਂ ਵੱਡੇ ਡਾਕਟਰ ਇਹ ਦਵਾਈ ਮਰੀਜ਼ਾਂ ਨੂੰ ਦੇ ਰਹੇ ਬਟ ਇਹ ਦਵਾਈ ਦੀ ਕਈ ਇੰਡੀਕੇਸ਼ਨਸ ਹੈ ਜਦਦਰ ਪਰਟੀਕੂਲਰ ਕੋਈ ਪ੍ਰੋਬਲਮ ਹੋ ਕਿਸੇ ਪਰਟੀਕੂਲਰ ਕਿਸੇ ਸਥਿਤੀ ਦੇ ਵਿੱਚ ਇਹ ਦੇਣੀ ਚਾਹੀਦੀ ਹੈ ਬਟ ਅੱਜਕਲ ਇਹ ਦਵਾਈ ਬੜੀ ਐਸੀ ਕੰਡੀਸ਼ਨਸ ਵੀ ਦਿੱਤੀ ਜਾ ਰਹੀ ਹੈ ਜਦੇ ਵਿੱਚ ਇਹਦੀ ਨਹੀਂ ਇਹਦੀ ਰਿਕੁਆਇਰਮੈਂਟ ਜਾਂ ਇਹ ਦਵਾਈ ਉਹਦਾ ਨੁਕਸਾਨ ਕਰ ਸਕਦੀ ਹੈ ਜੀ ਆਪਾਂ ਆਪ ਲੋਕ ਸੋਚਦੇ ਹਾਂ ਸਿੰਪਲ ਐਸੇ ਦਵਾਈ ਹੈ ਕੋਈ ਨੁਕਸਾਨ ਨਹੀਂ ਕਰੂਗੀ ਬਟ ਹਰ ਦਵਾਈ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੈ ਜੇ ਦਵਾਈ ਹਾਂਜੀ ਹਾਂਜੀ ਦੋਸੋ ਆਪਾਂ ਇਹ ਦਵਾਈਆਂ ਜੇ ਲੰਬੇ ਸਮੇਂ ਤੱਕ ਲੈਣੇ ਆ ਜਾਂ ਸਾਨੂੰ ਸਪੋਜ਼ ਇਹ ਦਵਾਈ ਦੀ ਨਹੀਂ ਲੋੜ ਫਿਰ ਵੀ ਆਪਾਂ ਇਹ ਦਵਾਈ ਲੈਣੇ ਆ ਤੇ ਇਹ ਦਵਾਈ ਲੰਬੇ ਟਾਈਮ ਦੇ ਵਿੱਚ ਸਾਨੂੰ ਕੋਈ ਨਾ ਕੋਈ ਅੰਦਰ ਨੁਕਸਾਨ ਕਰ ਸਕਦੀ ਹੈ ਜੀ ਇਹ ਦੋਸੋ ਜੇ ਸਪੋਜ਼ ਕਿਸੇ ਨੂੰ ਇਦਾਂ ਐਸੀ ਜਿਆਦਾ ਬੰਦਾ ਵਾ ਉਹਨੂੰ ਕਰਨਾ ਕੀ ਚਾਹੀਦਾ ਜਿਹੜਾ ਇਹ ਬੰਦਾ ਡਕਾਰ ਆਣੇ ਗੈਸ ਹੋਣੀ ਪੇਟ 'ਚ ਜੋ ਗੈਸਟਰੋਐਂਟਰੋਲੋਜਿਸਟ ਕੋਲ ਸਪੋਜ਼ ਜਾਂਦਾ ਪੇਟ ਵਾਲੇ ਡਾਕਟਰ ਕੋਲ ਹੀ ਜਾਂਦਾ ਹੈ ਤੇ ਉਹਦਾ ਕਿਸ ਤਰ੍ਹਾਂ ਡਾਇਗਨੋਸ ਕੀਤਾ ਜਾਂਦਾ ਉਹਦਾ ਕਿਦਾਂ ਫਾਲੋਅ ਅਪ ਕੀਤਾ ਜਾਂਦਾ ਦੇਖੋ ਬੇਸਿਕਲੀ ਜਦੇ ਵੀ ਕੋਈ ਤੁਹਾਨੂੰ ਕਦੇ ਵੀ ਕੋਈ ਐਸਿਡ ਦੀ ਪ੍ਰੋਬਲਮ ਰਹਿ ਰਹੀ ਹੈ ਹਾਂਜੀ ਤੁਸੀਂ ਹਮੇਸ਼ਾ ਕਦੇ ਵੀ ਇਹਨੂੰ ਲਾਈਟਲੀ ਨਾ ਲੋ ਕਿਉਂਕਿ ਉਹ ਜਿਹੜੀ ਐਸਿਡ ਦੀ ਪ੍ਰੋਬਲਮ ਹੈ ਕਈ ਵਾਰੀ ਇੱਕ ਵੱਡੀ ਬਿਮਾਰੀ ਦਾ ਰੂਪ ਹੋ ਸਕਦੀ ਹੈ ਹਾਂਜੀ ਸਾਨੂੰ ਕਦੇ ਵੀ ਜੇ ਐਸਿਡ ਦੀ ਪ੍ਰੋਬਲਮ ਹੋ ਆਪਾਂ ਸੋਚਦੇ ਹਾਂ ਕਿ ਛੋਟੀ ਮੋਟੀ ਪ੍ਰੋਬਲਮ ਹੈ ਕੋਈ ਨਹੀਂ ਆਪਾਂ ਇੱਕ ਅੱਧੀ ਗੋਲੀ ਕੇਮਿਸਟ ਤੋਂ ਲੈ ਕੇ ਖਾ ਲਈਏ ਪਰ ਆਈ ਥਿੰਕ ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਜਦੇ ਕਦੇ ਪ੍ਰੋਬਲਮ ਹੋ ਆਪਾਂ ਕਨਸਰਨ ਪੇਟ ਤੇ ਲਿਵਰ ਦੇ ਡਾਕਟਰ ਜਿਹੜਾ ਘ ਨਾਰਮਲ ਜੇ ਆਪਾਂ ਕਹੀਏ ਕਿ ਆਪਾਂ ਬਿਮਾਰੀਆਂ ਕਿਸ ਤਰ੍ਹਾਂ ਲੱਗ ਸਕਦੇ ਆ ਜਿਹੜੇ ਰੂਟੀਨ ਟੈਸਟ ਜਿਹੜੇ ਹੁੰਦੇ ਐ ਐਸਿਡਿਟੀ ਦੇ ਨਾਰਮਲੀ ਜਿਹੜੇ ਆਪਾਂ ਟੈਸਟ ਜਿਹੜਾ ਕਿ ਅੱਜਕੱਲ ਅਵੇਲੇਬਲ ਹੈ ਉਹ ਹੈ ਐਂਡੋਸਕੋਪੀ ਟੈਸਟ ਜੀ ਨਾਰਮਲੀ ਇਹ ਟੈਸਟ ਜਿਹੜਾ ਪੇਟ ਤੋਂ ਲਿਵਰ ਸਪੈਸ਼ਲ ਡਾਕਟਰ ਕਰਦਾ ਐ ਐਂਡੋਸਕੋਪੀ ਇੱਕ ਵੀਡੀਓ ਕੈਮਰਾ ਹੁੰਦਾ ਜਿਹਦੇ ਨਾਲ ਸੇ ਪੇਟ ਤੇ ਲਿਵਰ ਚੈੱਕ ਕਰਦੇ ਆ ਤੇ ਇਹਦੇ ਨਾਲ ਸਾਨੂੰ ਕਾਫੀ ਚੁੱਕ ਪੁੱਛ ਪਤਾ ਲੱਗਦਾ ਕਿ ਵੀ ਐਸਿਡਿਟੀ ਦੀ ਪ੍ਰੋਬਲਮ ਪੇਸ਼ੈਂਟ ਨੂੰ ਕਿਉਂ ਆ ਰਹੀ ਐ ਹਾਂਜੀ ਤੇ ਐਸਿਡਿਟੀ ਕਈ ਵਾਰੀ ਅੰਡਰਸਕੋਪੀ ਵੀ ਸਾਨੂੰ ਪਤਾ ਲੱਗਦਾ ਕਿ ਪੇਟ ਦੇ ਵਿੱਚ ਕੋਈ ਵੱਡਾ ਅਲਸਰ ਨਿਕਲਿਆ ਆਇਆ ਜਿਹੜਾ ਕਿ ਨਾਰਮਲੀ ਸਿੰਪਲ ਅੰਡਰਸਕੋਪੀ ਮਤਲਬ ਆਪਾਂ ਦੂਰਬੀ ਨਾਲ ਉਹਦੀ ਪੇਟ ਦੀ ਜਾਂਚ ਕਰਦੇ ਹਾਂਜੀ ਹਾਂਜੀ ਮਤਲਬ ਜਿਹੜਾ ਦੂਰਬੀ ਨਾਲ ਦੂਰਬੀ ਕੈਮਰਾ ਥੋੜਾ ਜਿਹਾ ਐਕਸਪਲੇਨ ਕਰੀ ਦੋ ਡਾਕਟਰ ਐਂਡੋਸਕੋਪ ਕਿੱਦਾਂ ਦਾ ਹੁੰਦਾ ਤੇ ਪੇਟ ਬੜਾ ਲੋਕ ਇਹ ਵੀ ਡਰਦੇ ਆ ਗੈਸਟਰੋਐਂਟਰੋਲੋਜਿਸ ਕੋਲ ਜਹਾਂ ਲੱਗਿਆ ਵੀ ਡਰਦਾ ਲੋਕ ਉਹ ਕਹਿੰਦੇ ਕਿ ਜਦੋਂ ਉਹਨਾਂ ਕੋਲ ਜਾਣਾ ਵਾ ਦਿਖਾਣਾ ਜਾਣਾ ਉਹਨਾਂ ਨੇ ਐਂਡੋਸਕੋਪੀ ਕਰ ਦੇਣੀ ਹੈ ਮੈਂ ਚਾਹੁੰਗਾ ਕਿ ਦਰਸ਼ਕਾਂ ਨੂੰ ਤੁਸੀਂ ਥੋੜਾ ਜਿਹਾ ਐਕਸਪਲੇਨ ਕਰੋ ਕਿ ਐਂਡੋਸਕੋਪੀ ਹੈ ਕੀ ਤੇ ਇਹ ਕੀ ਐਬਸੋਲਿਊਟ ਇੰਡੀਕੇਸ਼ਨ ਹੈ ਹੈ ਕਿ ਕਿਉਂ ਕਰਨੀ ਚਾਹੀਦੀ ਹੈ ਹਾਂ ਦੇਖੋ ਬੇਸਿਕਲੀ ਐਂਡੋਸਕੋਪੀ ਇੱਕ ਨਾ ਕੈਮਰਾ ਹੁੰਦਾ ਵੀਡੀਓ ਕੈਮਰਾ ਹੈ ਇੱਕ ਇੱਕ ਪਲਾਸਟਿਕ ਦੀ ਜਿਹੜੀ ਆਪਣੀ ਰਬਬ ਪਲਾਸਟਿਕ ਦੇ ਰਬੜ ਡੈਲੀਕੇਟ ਰਬੜ ਹੁੰਦਾ ਉਹਦੇ ਅੱਗੇ ਵੀਡੀਓ ਕੈਮਰਾ ਲੱਗਾ ਹੁੰਦਾ ਇਹ ਜਿਹੜਾ ਰਬੜ ਹੈ ਇਹ ਬਿਲਕੁਲ ਸਾਇੰਟੀਫਿਕਲੀ ਡਿਜ਼ਾਈਨਡ ਹੁੰਦਾ ਬਿਲਕੁਲ ਪੇਸ਼ੈਂਟ ਨੂੰ ਕੋਈ ਨੁਕਸਾਨ ਨਹੀਂ ਕਰਦਾ ਹਾਂਜੀ ਤੇ ਜੇ ਸਾਡੇ ਕੋਲ ਪੇਸ਼ੈਂਟ ਇੱਕ ਐਸੇ ਪੇਸ਼ੈਂਟ ਆਂਦਾ ਜਿਹੜਾ ਸਾਨੂੰ ਕਹਿੰਦਾ ਕਿ ਮੈਨ ਜਿਹੜਾ ਟੈਸਟ ਜਰੂਰ ਪੇਸ਼ੇਂ ਨੂੰ ਸਸਕ੍ਰਾਈਬ ਕਰਦੇ ਆ ਜੇ ਸਾਨੂੰ ਕੋਈ ਪੇਸ਼ੈਂਟ ਸਰਕੂਲੇਟ ਡਾਕਟਰ ਸਬ ਮੈਨੂੰ ਤਿੰਨ ਚਾਰ ਦਿਨ ਤੋਂ ਮੈਨੂੰ ਐਸਿਡ ਦੀ ਪ੍ਰੋਬਲਮ ਹੈ ਅੱਗੇ ਮੈਂ ਠੀਕ ਰਹਿਣਾ ਤਾਂ ਅਸੀਂ ਨਾਰਮਲੀ ਰੂਟੀਨ ਦੇ ਵਿੱਚ ਟੈਸਟ ਨਹੀਂ ਕਰਦੇ ਪਰ ਸਾਡੇ ਕੋਲ ਕੋਈ ਸਪੈਸੀਫਿਕ ਪੇਸ਼ੈਂਟ ਆਇਆ ਜਿਹੜਾ ਸਾਨੂੰ ਕਹਿੰਦਾ ਮੈਨੂੰ ਕਈ ਮਹੀਨਿਆਂ ਤੋਂ ਸਾਲ ਤੋਂ ਐਂਡੋਸਕੋਪੀ ਹੈ ਮੈਂ ਦਵਾਈਆਂ ਬੁੜੀਆਂ ਖਾ ਰਿਹਾ ਮੈਂ ਨਹੀਂ ਠੀਕ ਹੋ ਰਿਹਾ ਫਿਰ ਆਪਾਂ ਨੂੰ ਐਂਡੋਸਕੋਪੀ ਕਰਨੀ ਚਾਹੀਦੀ ਹੈ ਇੱਕ ਸਿੰਪਲ ਵੀਡੀਓ ਕੈਮ ਸਿੰਪਲ ਵੀਡੀਓ ਰਬਰ ਟਿਊਬ ਵਿਦ ਕੈਮਰਾ ਹੁੰਦੀ ਹੈ ਜਿਹੜਾ ਅਸੀਂ ਨਾਰਮਲੀ ਮੂੰਹ ਰਹੀਂ ਕਰ अच्छा एंडोस्कोपी में नॉर्मली कोई तकलीफ नहीं होती एंडोस्कोपी करने नाल पेशेंटों छोटे-मोटे एक दो डकार आंदे हैं ते ਤੁਸੀਂ ਹੈਰਾਨ ਹੋਵੋਗੇ ਕਿ ਅੰਡਰਸਕੋਪੀ ਸਿਰਫ ਜਿਹੜੇ ਬੰਦੇ ਜਿਹੜੇ ਐਕਸਪਰਟ ਹੈਗੇ ਇਹ ਸਿਰਫ 1 ਤੀਆਂ 1.5 ਮਿੰਟ ਚ ਅੰਡਰਸਕੋਪੀ ਖਤਮ ਹੋ ਜਾਂਦੀ ਹੈ ਜੀ ਇਹ ਓਪਰੀ ਪ੍ਰੋਸੀਜਰ ਹੈ ਮਤਲਬ ਪੇਸ਼ੈਂਟ ਆਇਆ ਦਿਖਾਇਆ ਉਹਨੇ ਐਂਡੋਸਕੋਪੀ ਕਰਾਈ ਔਰ ਉਸੇ ਵੇਲੇ ਆਪਣਾ ਹਾਂਜੀ ਹਾਂਜੀ 5-10 ਮਿੰਟ ਬਾਅਦ ਪੇਸ਼ੈਂਟ ਘਰ ਜਾ ਸਕਦਾ ਸੋ ਬੜੇ ਪੇਸ਼ੈਂਟਸ ਚੀਜ਼ ਤੋਂ ਡਰਦੇ ਆ ਮੈਂ ਇਹ ਸਭ ਨੂੰ ਕਹਿਣਾ ਚਾਹਾਂਗਾ ਕਿ ਅੰਡਰਸਕੋਪ ਵੀ ਬਹੁਤ ਛੋਟਾ ਜਿਹਾ ਟੈਸਟ ਹੈ 2 ਮਿੰਟ ਲਈ ਲੇਟ ਕੇ ਆਪਾਂ ਪੜ ਇਹਦੇ ਨਾਲ ਸਾਨੂੰ ਬੜੀ ਬਿਮਾਰੀਆਂ ਐਸਿਡ ਤੋਂ ਜੁੜੀ ਬੜੀ ਬਿਮਾਰੀਆਂ ਪੈ ਲ ਜਾਂਦੀ ਹੈ ਕਈ ਐਸਿਡ ਤੋਂ ਹੋਣ ਵਾਲੇ ਵੱਡੇ ਨੁਕਸਾਨਾਂ ਦੇ ਬਾਰੇ ਪਤਾ ਲੱਗ ਜਾਂਦਾ ਜੀ ਦੋਸਤੋ ਕਈ ਵਾਰੀ ਪੀੜ ਦਾ ਕੈਂਸਰ ਤੱਕ ਹੈ ਉਹ ਵੀ ਆਪਾਂ ਐਂਡੋਸਕੋਪੀ ਨਾਲ ਦੇਖਦੇ ਹਾਂ ਹਾਂਜੀ ਹਾਂਜੀ ਮੈਂ ਤੁਹਾਨੂੰ ਇਹ ਕਹਿਣ ਲੱਗਾ ਸੀ ਬੇਸਿਕਲੀ ਜਦ ਆਪਾਂ ਕਈ ਪੇਸ਼ੈਂਟਸ ਚ ਨਹੀਂ ਕਿਸੇ ਕਿਸੇ ਦੀ ਐਸਿਡ ਦੀ ਲੰਬੇ ਟਾਈਮ ਤੋਂ ਨਹੀਂ ਠੀਕ ਹੋ ਰਹੀ ਹੈ ਆਪਾਂ ਸਪੋਜ਼ ਉਹਨੂੰ ਐਂਡੋਸਕੋਪੀ ਕਰਦੇ ਹਾਂ ਸੋ ਐਂਡੋਸਕੋਪੀ ਚ ਬੜੀ ਤਰ੍ਹਾਂ ਦੀਆਂ ਬਿਮਾਰੀਆਂ ਲੱਭਦੀਆਂ ਐ ਐਸੇ ਪੇਸ਼ੰਗਾਂ ਦੇ ਵਿੱਚ ਜਿਸ ਨੂੰ ਸਿੰਪਲ ਐਸਿਡਿਟੀ ਦੀ ਪ੍ਰੋ ਤੇ ਕਈ ਵਾਰੀ ਅੰਦਰੋਂ ਸੇ ਦੇਖਦੇ ਆ ਕਿ ਤੁਹਾਡੀ ਜਿਹੜੀ ਤੁਸੀਂ ਗੱਲ ਕਈ ਕੈਂਸਰ ਦੀ ਮਾਰੀ ਪਈ ਹੁੰਦੀ ਹੈ ਤੁਸੀਂ ਆਮ ਲੋਕ ਦਰਸ਼ਕ ਬੜੇ ਦਰਸ਼ਕ ਬੜੇ ਹੈਰਾਨ ਹੋਣਗੇ ਕਿ ਵੀ ਇੱਕ ਪੇਸ਼ੈਂਟ ਐਸਿਡ ਦੀ ਪ੍ਰੋਬਲਮ ਨਾਲ ਆਇਆ ਹੈ ਪੈਂਡੋਸਕੋਪੀ ਚ ਕੈਂਸਰ ਕਿੱਥਾ ਨਿਕਲੇ ਆਇਆ ਹਾਂਜੀ ਹਾਂਜੀ ਸਾਰੇ ਜਾਨੇ ਜਾਣਦੇ ਆ ਕਿ ਕੈਂਸਰ ਇੱਕ ਸਾਇਲੈਂਟ ਬਿਮਾਰੀ ਹੁੰਦੀ ਹੈ ਸਪੈਸ਼ਲੀ ਪੇਟ ਦੀ ਜਿਹੜਾ ਕੈਂਸਰ ਇੱਕ ਸਾਇਲੈਂਟ ਹੈ ਇਹਦੇ ਵਿੱਚ ਪੇਸ਼ੈਂਟ ਨੂੰ ਪਹਿਲਾਂ ਪਤਾ ਹੀ ਨਹੀਂ ਲੱਗਦਾ ਹਾਂਜੀ ਹਾਂਜੀ ਪੇਸ਼ੈਂਟ ਸਿਰਫ ਤੁਹਾਡੇ ਕੋਲ ਆਏਗਾ ਮੈਨੂੰ ਥੋੜੀ ਐਸਿਡ ਦੀ ਪ੍ਰੋਬਲਮ ਹੈ ਮੈਨੂੰ ਥੋੜੀ ਪੋਕ ਘੱਟ ਲੱਗਦੀ ਹੈ ਇਹੀ ਤਾਂ ਪ੍ਰੋਬਲਮ ਹੈ ਕੈਂਸਰ ਦਾ ਕਿ ਪਤਾ ਹੀ ਉਦੋਂ ਲੱਗਦਾ ਜਦੋਂ ਬੜੀ ਹਾਇਰ ਸਟੇਜ ਤੇ ਪਹੁੰਚ ਜਾਂਦਾ। ਇਹ ਹੀ ਚੀਜ਼ਾਂ ਕਰਕੇ ਜਦੋਂ ਬੰਦਾ ਆਪਣੀ ਨਜ਼ਰ ਅੰਦਾਜ਼ ਕਰਦਾ ਰਹਿੰਦਾ। ਹਾਂਜੀ ਤਾਂ ਫਿਰ ਕਈ ਵਾਰੀ ਅੰਡਰਸਕੋਪੀ ਨਾਲ ਤੁਸੀਂ ਉਹ ਉਹ ਲਰਲੀ ਉਹ ਕੈਂਸਰ ਤੁਸੀਂ अर्ਲੀ ਸਟੇਜ ਤੇ ਡਿਟੈਕਟ ਕਰ ਲੈਣੇ ਉਹ ਕਿ ਇਹ ਕੈਂਸਰ ਫੈਲੇ ਨਹੀਂ ਇੱਕੋ ਜਗ੍ਹਾ ਤੇ ਹੈ। ਉਹਦੇ ਨਾਲ ਬੜਾ ਫਾਇਦਾ ਹੁੰਦਾ ਸੀ ਪੇਸ਼ੈਂਟ ਦਾ ਆਪਰੇਸ਼ਨ ਕਰਵਾ ਕੇ ਕੈਂਸਰ ਨੂੰ ਕਢਾ ਸਕਦੇ ਹਾਂ ਤੇ ਪੇਸ਼ੈਂਟ ਦੀ ਜਾਨ ਬਚ ਸਕਦੀ ਹੈ। ਡਾਕਟਰ ਜਿਹੜਾ ਜਦੋਂ ਤੁਸੀਂ ਅਲਸਰ ਵਗੈਰਾ ਕੁਝ ਦੇਖ ਲਿਆ ਤਾਂ ਕੀ ਉਹ ਤੋਂ ਬਾਇਓਪਸੀ ਲੈਣੇ ਕਿਸ ਤਰ੍ਹਾਂ ਕਰਦੇ ਹੋ? ਹਾਂਜੀ ਬੇਸਿਕਲੀ ਦੇਖੋ ਨਾਰ ਅਸੀਂ ਬਾਇਪਸੀ ਵਿੱਚ ਸਬ ਟੈਸਟਲੀ ਸੈਂਪਲ ਹੈ ਨਾ ਟੈਸਟਲੀ ਪੀਸ ਲੈਣਾ ਸੈਂਡੋਸਕੋਪੀ ਨਾਲ ਅੰਦਰ ਪੀਸ ਲੈ ਸਕਦੇ ਹਾਂ ਬਟ ਜਿਹੜਾ ਅਲਸਰ ਸਿੰਪਲ ਜਿਹਾ ਅਲਸਰ ਹੈ ਛੋਟਾ ਅਲਸਰ ਹੈ ਤੇ ਸਾਨੂੰ ਲੱਗਦਾ ਕਿ ਸਿੰਪਲ ਅਸੋਲ ਅਲਸਰ ਹੈ ਨਾਰਮਲੀ ਅਸੀਂ ਬਾਇਪਸੀ ਅਵਾਈਡ ਕਰਦੇ ਹਾਂ ਅਸੀਂ ਪੀਸ ਲੈਣਾ ਅਵਾਈਡ ਕਰਦੇ ਹਾਂ ਬਟ ਸਾਨੂੰ ਜੇ ਲੱਗਦਾ ਕਿ ਜ਼ਖਮ ਅੰਦਰੋਂ ਗਲਿਆ ਹੋਇਆ ਵੱਡਾ ਜ਼ਖਮ ਹੈ ਜੀ ਤੇ ਸਾਨੂੰ ਥੋੜਾ ਡਾਊਟ ਪੈਂਦਾ ਕਿ ਇਹ ਜਿਹੜਾ ਜ਼ਖਮ ਵੱਡਾ ਤੇ ਕੋਈ ਗਲਿਆ ਹੈ ਇਹਦੇ ਵਿੱਚ ਕੈਂਸਰ ਹੋ ਸਕਦਾ ਹੈ ਜਾਂ ਬਾਅਦ ਵਿੱਚ ਕੈਂਸਰ ਰੂਪ ਧਾਰਨ ਕਰ ਸਕਦਾ ਹੈ ਫਿਰ ਅਸੀਂ ਅੰਦਰੋਂ ਸੈਂਪਲ ਜਿਹੜਾ ਬਾਇਪਸੀ ਛੋਟ ਤੇ ਉਹਦਾਂ ਸਾਨੂੰ ਬਿਮਾਰੀ ਡਿਟੈਕਟ ਹੋ ਜਾਂਦੀ ਹੈ ਕਿ ਜੇ ਕੈਂਸਰ ਦੀ ਬੰਦੀ ਹੋ ਜਾਂ ਬਾਚ ਬੰਨੀ ਹੋ ਜਾਂ ਆਲਰੇਡੀ ਬਣ ਚੁੱਕੀ ਹੋ ਤੇ ਡਾਕਟਰ ਕਈ ਵਾਰ ਬਲੀਡਿੰਗ ਪੁਆਇੰਟਸ ਹੁੰਦੇ ਛੋਟੇ ਛੋਟੇ ਅਲਸਰਸ ਆ ਛੋਟੇ ਛੋਟੇ ਬਲੀਡਿੰਗ ਪੁਆਇੰਟ ਜਿੱਦ ਤੱਕ ਕਿਸੇ ਨੂੰ ਉਲਟੀ ਨਾਲ ਖੂਨ ਹੀ ਆਂਦਾ ਵਾ ਤੁਸੀਂ ਐਂਡੋਸਕੋਪੀ ਕਰਦੇ ਫਿਰ ਉਹ ਕੀ ਉਹ ਵੀ ਆਪੀਡੀ ਪ੍ਰੋਸੀਜਰ ਹੋ ਉਹ ਵੀ ਆਪਾਂ ਕੰਮ ਕਰਦੇ ਆ ਦੇਖੋ ਕਈ ਸਾਡੇ ਕੋਲ ਬੜੇ ਪੇਸ਼ੈਂਟਸ ਐਸਿਡ ਵਾਲੇ ਮੈਂ ਦੱਸਿਆ ਕਿਉਂਕਿ ਉਹਨਾਂ ਦੇ ਕਈ ਵਾਰੀ ਪੇਟ ਅਲਸਰ ਹੁੰਦੇ ਆ ਕਈ ਵਾਰੀ ਅਲਸਰ ਅੰਦਰ ਫੜ ਜਾਂਦੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਅੱਜ ਮੈਨੂੰ ਜਿਹੜੀ ਹੈਗੀ ਟਾਇਲਟ ਦੇ ਵਿੱਚ ਲੈਟ੍ਰੀਨ ਦੇ ਵਿੱਚ ਖੂਨ ਆ ਰਿਹਾ ਹੈ ਲੈਟ੍ਰੀਨ ਕਾਲੀ ਆ ਰਹੀ ਹੈ ਫਿਰ ਐਂਡੋਸਕੋਪੀ ਕਰਦੇ ਹਾਂ ਤਾਂ ਸਾਨੂੰ ਦਿਖ ਦੇਂਗੇ ਅੰਦਰ ਅਲਸਰ ਆ ਉਹਦੇ ਵਿੱਚ ਖੂਨ ਨਿਕਲਦਾ ਪਿਆ ਫਿਰ ਐਂਡੋਸਕੋਪੀ ਦਾ ਇੱਕ ਬੜਾ ਫਾਇਦਾ ਐਂਡੋਸਕੋਪੀ ਸਿਰਫ ਚੈੱਕ ਕਰਨ ਲਈ ਨਹੀਂ ਇਹਦੇ ਨਾਲ ਲਾਜ਼ਮੀ ਹੁੰਦਾ ਹੈ ਅਸੀਂ ਐਂਡੋਸਕੋਪੀ ਰਾਹੀਂ ਜੇ ਸਾਨੂੰ ਦਿਖਦਾ ਕੋਈ ਜ਼ਖਮ ਦੇ ਵਿੱਚ ਕੋਈ ਬਲੀਡਿੰਗ ਹੋ ਰਹੀ ਹੈ ਕੋਈ ਖੂਨ ਨਿਕਲਦਾ ਸੇ ਐਟ ਦ ਸੇਮ ਟਾਈਮ ਕੈਮਰੇ ਦੇ ਅੰਦਰ ਕੈਮਰਾ ਅੰਦਰ ਹੀ ਐਸ ਸਿੰਪਲ ਤਾਰ ਪਾ ਕੇ ਉਸੇ ਕੈਮਰੇ ਨਾਲ ਹੀ ਤਾਰ ਪਾ ਕੇ ਉਹਦੇ ਵਿੱਚ ਦਵਾਈ ਭਰ ਸਕਦੇ ਜਦ ਨਾਲ ਜ਼ਖਮ ਦੀ ਬਲੀਡਿੰਗ ਬੰ ਮਤਲਬ ਜੀ ਡਾਕਟਰ ਤੁਹਾਨੂੰ ਐਂਡੋਸਕੋਪੀ ਲਈ ਕਿੰਦਾ ਤੇ ਜ਼ਰੂਰ ਕਰਾਉਣੀ ਚਾਹੀਦੀ। ਤੋਂ ਸਭ ਅਸੀਂ ਗੱਲਬਾਤ ਕਰ ਰਹੇ ਸੀ ਸਾਡੇ ਨੇ ਕੋਲਰ ਜੁੜੇ ਹਨ। ਹੈਲੋ। ਹਾਂਜੀ ਡਾਕਟਰ ਸਾਹਿਬ। ਹਾਂਜੀ ਰਾਮ ਸਿੰਘ ਜੀ ਤੁਹਾਡਾ ਸਵਾਗਤ ਹੈ। ਆਪਣਾ ਸਵਾਲ ਕਰੋ। ਹੈਲੋ। ਹੈਲੋ। ਲੱਗਦਾ ਉਹਨਾਂ ਨਾਲ ਆਪਣਾ ਰਾਬਤਾ ਕਾਇਮ ਨਹੀਂ ਹੋ ਰਿਹਾ। ਆਪਾਂ ਤੁਸੀਂ ਗੱਲਬਾਤ ਕਰ ਰਹੇ ਸੀ ਇਹ ਐਂਡੋਸਕੋਪੀ ਦੀ ਫਰਦਰ ਇਟ ਹਾਸਪਈ ਕਈ ਵਾਰੀ ਹੁੰਦਾ ਕਿ ਬੰਦੇ ਦਾ ਕੁਝ ਐਸਾ ਹੁੰਦਾ ਕਿ ਖਾਣਾ ਉਹਦੇ ਅੰਦਰ ਹੀ ਨਹੀਂ ਜਾਂਦਾ ਜਿੱਦਾਂ ਉਹਦੇ ਕੋਈ ਈਸੋਫੇਗਸਿਕ ਚਰਜ ਜਾਂ ਬਣ ਜਾਂਦਾ ਵਾ ਜੇ ਖਾਣਾ ਡਿਸਫੇਜੀਆ ਨਾਲ ਪੇਸ਼ੈਂਟਾਂ ਦਾ ਮਤਲਬ ਉਹ ਖਾਣਾ ਪਚਦਾ ਨਹੀਂ ਹੈ ਮਤਲਬ ਨਿਕਲਦਾ ਹੀ ਨਹੀਂ ਹੈ ਵੱਲੀ ਕੋ ਨਹੀਂ ਇਹ ਕਿੱਦਾਂ ਦੇ ਇੰਡੀਕੇਸ਼ਨ ਹੁੰਦੇ ਤੇ ਉਹਦੇ ਵਿੱਚ ਐਂਡੋਸਕੋਪੀ ਦਾ ਕੀ ਰੋਲ ਹੈ ਅੱਛਾ ਇਹ ਬੜਾ ਅੱਛੀ ਗੱਲ ਕਹੀ ਕਈ ਸਾਡੇ ਕੋਲ ਪੇਸ਼ੈਂਟ ਆਉਂਦੇ 150 ਕਿ ਮੈਂ ਨਾ ਪਾਣੀ ਜਾਂ ਯੂ ਨਾ ਜਿਹੜੀ ਰੋਟੀ ਖਾਂਦਾ ਮੇਰੀ ਰੋਟੀ ਇੱਥੇ ਛਾਤੀ ਚੜ ਜਾਂਦੀ ਮੇਰੀ ਫੁੱਲ ਪੈਪ ਚੜ ਜਾਂਦੀ ਹੈ ਅੰਦਰ ਥੱਲੇ ਨਹੀਂ ਜਾਂਦੀ ਤੇ ਇਹ ਇੱਕ ਨਿਸ਼ਾਨੀ ਹੈ ਕਿ ਵੀ ਇਹ ਵੀ ਇੱਕ ਐਸੈਟ ਤੋਂ ਹੋਣ ਵਾਲੀ ਕੰਪਲਿਕੇਸ਼ਨ ਹੈ ਕਿ ਬੇ ਦੇ ਵਿੱਚ ਕੀ ਹੁੰਦਾ ਜੇ ਬੰਦੇ ਨੂੰ ਐਸੈਟ ਦੀ ਬਣਵਾਈ ਲੰਬੇ ਸਮੇਂ ਲੰਬੇ ਸਮੇਂ ਤੋਂ ਹੋ ਤੇ ਉਥੇ ਜਿਹੜਾ ਜ਼ਖਮ ਬੰਦਾ ਜਿਹੜਾ ਜ਼ਖਮ ਭਰਦਾ ਤੇ ਉਹ ਰਸਤਾ ਟਾਈਟ ਹੋ ਜਾਂਦਾ ਬੰਦ ਹੋ ਜਾਂਦਾ ਉਹਦੇ ਕਰਕੇ ਕੀ ਹੈ ਕਿ ਰੋਟੀ ਅੰਦਰ ਜਾਣੀ ਬੰਦ ਹੋ ਜਾਂਦੀ ਪਾਣੀ ਜਾਣਾ ਬੰਦ ਹੋ ਜਾਂਦਾ ਤੇ ਇਸ ਇਸ ਕੰਡੀਸ਼ਨ ਦੇ ਵਿੱਚ ਅੰਡਰਸਕੋਪੀ ਮਸਟ ਹੁੰਦੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਬਿਕੋਜ਼ ਆਪਾਂ ਨੂੰ ਜਿਹੜੀ ਰੂਟੀਨ ਦਵਾਈਆਂ ਉਹ ਅਸਰ ਨਹੀਂ ਕਰਨਗੀਆਂ ਆਪਾਂ ਨੂੰ ਚੈੱਕ ਕਰਕੇ ਵੀ ਕੀ ਕਾਰਨ ਹੈ ਅੰਦਰ ਕਿਉਂ ਰਸਤਾ ਬੰਦ ਹੈ ਆਪਾਂ ਨੋਰਮਲੀ ਅੰਡਰਸਕੋਪੀ ਕਰਦੇ ਹਾਂ ਤੇ ਸਜੇ ਦੇਸੀ ਅੰਡਰਸਕੋਪੀ ਕਰਦੇ ਆਂ ਸੇ ਦੇਖਦੇ ਆਂ ਕਿ ਅੰਦਰ ਜਿਹੜੀ ਐਸਿਡ ਕਰਕੇ ਜਿਹੜਾ ਜ਼ਖਮ ਬਣਿਆ ਸੀ ਉਹਦੇ ਕਰਕੇ ਰਸਤਾ ਚਿਪਕ ਕੇ ਬੰਦ ਹੋ ਗਿਆ ਹਾਂਜੀ ਤੇ ਉਸ ਦੌਰਾਨ ਸਾਡੇ ਕੋਲ ਬੜੇ ਤਰੀਕੇ ਆ ਜਿਹੜੇ ਕਰਕੇ ਆਪਾਂ ਰਸਤਾ ਖੋਲ ਸਕਦੇ ਹਾਂ ਜਿਸ ਕਰਕੇ ਪੇਸ਼ੈਂਟ ਦੁਆਰਾ ਤੋਂ ਆਪਣਾ ਖਾਣਾ ਪੀਣਾ ਲੈ ਸਕਦਾ ਹੈ ਹਾਂਜੀ ਤੇ ਉਹਦੇ ਵਿੱਚ ਅਸੀਂ ਸਾਡੇ ਕੋਲ ਅੰਡਰਸਕੋਪੀ ਨਾਲ ਸੇ ਉਹਨੂੰ ਡਾਇਲੇਟੇਸ਼ਨ ਕਹਿੰਦੇ ਆਂ ਸੇ ਉਹ ਰਸਤਾ ਨੂੰ ਓਪਨ ਕਰਦੇ ਆਂ ਸਾਡੇ ਕੋਲ ਬੈਲੂਨ ਹੁੰਦਾ ਹੈ ਜਾਂ ਕਈ ਸਾਡੇ ਕੋਲ ਐਸੇ ਡਾਇਲੇਟਰਸ ਹੈ ਰਸਤਾ ਖੁਲਮ ਵਾਲੇ ਹੈ ਕਿ ਜਿਹੜੇ ਤਾਰ ਦੇ ਉੱਪਰ ਜਾ ਕੇ ਉਸ ਰਸਤੇ ਨੂੰ ਖੋਲ ਦਿੰਦੇ ਆਂ ਤੇ ਪੇ ਇਵਨ ਫੂਲਪਾਈਪ ਦੇ ਕੈਂਸਰ ਇਸ ਤਰ੍ਹਾਂ ਆਉਂਦੇ ਆ ਕਿ ਮੇਰੇ ਰੋਟੀ ਮੇਰੇ ਇਥੇ ਤੇ ਚਾਤੀ ਚੜਦੀ ਹੈ ਤੁਸੀਂ ਚੈੱਕ ਕਰਦੇ ਹੋ ਤਾਂ ਕਈ ਵਾਰੀ ਕੈਂਸਰ ਹੁੰਦਾ ਐਸੇ ਪੇਸ਼ੈਂਟ ਜਿਨੂੰ ਕੈਂਸਰ ਕੇ ਰਸਤਾ ਬੰਦ ਹੋ ਗਿਆ ਤੇ ਆਪਾਂ ਐਂਡੋਸਕੋਪੀ ਨਾਲ ਸਟੈਂਟ ਪਾ ਸਕਦੇ ਹਾਂ ਜਿਨਾਂ ਹਾਰਟ ਵਾਲੇ ਪੇਸ਼ੈਂਟ ਦੇ ਸਟੈਂਟ ਪਾਉਂਦੇ ਆ ਆਪਣੀ ਨਸਾਂ ਦੇ ਵਿੱਚ ਰਸਤਾ ਪਰਮਾਨੈਂਟ ਖੁੱਲਿਆ ਰਹਿੰਦਾ ਸਟੈਂਟ ਪਾਉਣ ਨਾਲ ਉਹ ਰਸਤਾ ਹਾਂਜੀ 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 ਦੱਸੋ ਆਪਾਂ ਗਲਬਤ ਜਾ ਰਹੇ ਹਾਂ ਸਾਡੇ ਕੋਲਰ ਜੁੜੇ ਹਨ ਹੈਲੋ ਹੈਲੋ ਸਸਤੀ ਕਾਲ ਜੀ ਸਸਤੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਬਲਜੀਤ ਸਿੰਘ ਜੀ ਆਪਣਾ ਸਵਾਲ ਕਰੋ ਸਸਤੀ ਆਪਣਾ ਸਵਾਲ ਜਾਰੀ ਰੱਖੋ ਜੀ। ਆਂ ਜੇ ਪੇਟ ਤੇ ਗੈਸ ਰਹਿੰਦੀ ਤੇ ਪੇਟ ਫੁੱਲਿਆ ਰਹਿੰਦਾ ਜੀ ਕਬਜ ਵੀ ਰਹਿੰਦੀ ਆ। ਇਹ ਤੁਹਾਨੂੰ ਸਭ ਬਹੁਤ ਪਸੰਦ ਆ। ਬਹੁਤ ਚੰਗਾ ਨਾ ਦੋ ਜੀ। ਅੱਛਾ ਜੇ ਵੀ ਦੇਖੋ ਪੇਟ 'ਚ ਗੈਸ ਰਹੇ ਤੇ ਪੇਟ ਫੁੱਲਦਾ ਹੀ ਹੁੰਦਾ ਹੈ ਬੇਸਿਕਲੀ ਆਪਾਂ ਨੂੰ ਇਹ ਦੇਖਣਾ ਕਿ ਆਪਣਾ ਕਾਰਨ ਕੀ ਹੈ। ਮੈਂ ਇਹ ਕਹਾਂਗਾ ਬਲਜੀਤ ਜੀ ਸਭ ਤੋਂ ਪਹਿਲੇ ਆਪਾਂ ਨੂੰ ਆਪਣੇ ਖਾਣ ਪੀਣ 'ਚ ਧਿਆਨ ਰੱਖਣਾ ਬਤਨ ਜਿਹਦਾ ਮਸਾਲੇ ਨਾ ਖਾਈਏ। ਆਪਾਂ ਨੂੰ ਕਹਿੰਦੇ ਪੇਟ ਭਰ ਕੇ ਨਹੀਂ ਖਾਣਾ ਚਾਹੀਦਾ ਜਿੰਨੀ ਭੁੱਖ ਹੈ ਥੋੜਾ ਜਿਹਾ ਘੱਟ ਖਾਣਾ ਚਾਹੀਦਾ। ਖਾਲੀ ਪੇਟ ਨਹੀਂ ਰਹਿਣਾ ਚਾਹੀਦਾ। ਆਪਾਂ ਨੂੰ ਫਲ ਫਰੂਟ ਜ਼ਿਆਦਾ ਖਾਣੇ ਚਾਹੀਦੇ ਹਰੇ ਪੱਤੇ ਦਾ ਸਬਜ਼ੀ ਜ਼ਿਆਦਾ ਲੈਣੀ ਚਾਹੀਦੀ ਹੈ ਪਾਣੀ ਜ਼ਿਆਦਾ ਲੈਣਾ ਚਾਹੀਦਾ ਆਪਾਂ ਨੂੰ ਸੈਰ ਕਰਨੀ ਚਾਹੀਦੀ ਹੈ ਜੀ ਆਪਾਂ ਨੂੰ ਕਹਿੰਦੇ ਐਕਸਰਸਾਈਜ਼ ਛੋਟੀ ਮੋਟੀ ਕਰਨੀ ਚਾਹੀਦੀ ਹੈ ਇਹ ਸਾਰੀ ਗੱਲਾਂ ਨਾਲ ਜੇ ਆਪਾਂ ਧਿਆਨ ਰੱਖਾਂਗੇ ਤਾਂ ਆਪਣਾ ਜਿਹੜਾ ਹੈਗਾ ਪੇਟ ਚ ਭਾਰੀ ਨਹੀਂ ਰਹੇਗਾ ਪੇਟ ਗੈਸ ਨਹੀਂ ਬਣੇਗੀ ਤੇ ਐਸਡੀ ਪ੍ਰੋਬਲਮ ਵੀ ਨਹੀਂ ਰਹੂਗੀ ਤੇ ਖਾਣ ਪੀਣੇ ਦੋਸਤ ਜਿੱਦਾਂ ਖਾਣ ਪੀਣ ਚ ਕੀ ਖਾਸ ਚੀਜ਼ ਹੈ ਆਪਾਂ ਜਿੱਦਾਂ ਖਾਣ ਪੀਣ ਦਾ ਜ਼ਿਕਰ ਕਰ ਰਹੇ ਹਾਂ ਖਾਣ ਪੀਣ ਚ ਐਸੀ ਕੀ ਖਾਸੀ ਹੈ ਜਿਹਦਾ ਇਸਤੇਮਾਲ ਜ਼ਿਆਦਾ ਕਰੇ ਜਿੱਦਾਂ ਵੈਜੀਟੇਬਲਸ ਵਗ ਜਿਹੜੇ ਫਰੂਟਸ ਵੈਜੀਟੇਬਲਸ ਜਿਹੜੇ ਫਰੈਸ਼ ਫਰੂਟਸ ਹੈਗੇ ਆਪਾਂ ਨੂੰ ਇਹ ਜ਼ਿਆਦਾ ਖਾਣੇ ਚਾਹੀਦੇ ਆ ਆਪਾਂ ਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਆਪਾਂ ਨੂੰ ਬੇਸਿਕਲੀ ਤਲੀਆਂ ਚੀਜ਼ਾਂ ਮਸਾਲੇ ਕਿਉਂ ਇਹ ਚੀਜ਼ਾਂ ਤੋਂ ਬਚਾ ਰੱਖਣਾ ਚਾਹੀਦਾ ਸਟਰੀਟ ਫੂਡ ਜੰਕ ਫੂਡ ਤੋਂ ਬਚਣਾ ਚਾਹੀਦਾ ਤੇ ਇਹ ਸਾਰੀ ਚੀਜ਼ਾਂ ਜੇ ਆਪਾਂ ਖਾਣ ਪੀਣ ਦਾ ਧਿਆਨ ਰੱਖੀਏ ਇੱਕ ਆਪਾਂ ਨੂੰ ਇਹ ਕਿ ਸਾਫ਼ ਸਫਾਈ ਰੱਖਣੀ ਚਾਹੀਦੀ ਹੈ ਆਪਾਂ ਨੂੰ ਚੰਗੀ ਤਰ੍ਹਾਂ ਕੋਈ ਸਬਜ਼ੀਆਂ ਬਾਜ਼ਾਰੋਂ ਲੈ ਕੇ ਆਏ ਚੰਗੀ ਤਰ੍ਹਾਂ ਧੋਣੀ ਚਾਹੀਦੀ ਹੈ ਖਤ ਧੋ ਕੇ ਖਾਣਾ ਚਾਹੀਦਾ ਪਾਣੀ ਬੋਇਲ ਕਰਕੇ ਪੀਣਾ ਚਾਹੀਦਾ ਫਿਲਟਰ ਦਾ ਪੀਣਾ ਚਾਹੀਦਾ ਇਹ ਸ ਜੀ ਇਹ ਦੋਸਾਂ ਬਾਬਾ ਨੂੰ ਥੋੜਾ ਜ਼ਿਕਰ ਕਰਦੇ ਆਂ ਲਿਵਰ ਦੀਆਂ ਬਿਮਾਰੀਆਂ ਬਾਰੇ ਜਿਹੜਾ ਫੈਟੀ ਲਿਵਰ ਬੜਾ ਜ਼ਿਆਦਾ ਅੱਜ ਕੱਲ ਆਂਦਾ ਕਿ ਬੰਦਾ ਸਕੈਨਿੰਗ ਕਰਾਣ ਗਿਆ ਕੰਮ ਕਿਸੇ ਹੋਰ ਲਈ ਗਿਆ ਸੀ ਸਕੈਨਿੰਗ ਕਰਾਈ ਬਾਕੀ ਸਕੈਨਿੰਗ ਤਾਂ ਨਾਰਮਲ ਹੈ ਪਰ ਫੈਟੀ ਲਿਵਰ ਨਿਕਲ ਰਿਹਾ ਹਾਂਜੀ ਇਹ ਫੈਟੀ ਲਿਵਰ ਕੀ ਹੁੰਦਾ ਹੈ ਦੇਖੋ ਫੈਟੀ ਲਿਵਰ ਦੀ بیماری ਬੜੀ ਕਾਮਨ ਦੇਖੀ ਗਈ ਹੈ ਤੇ ਮੋਸਟਲੀ ਫੈਟੀ ਲੀਵਰ ਵਾਲੇ ਪੇਸ਼ੈਂਟ ਨੂੰ ਵੈਸੇ ਕੋਈ ਤਕਲੀਫ ਨਹੀਂ ਹੁੰਦੀ ਉਹ ਸਕੈਨ ਕਰਾਣ ਜਾਂਦਾ ਉਹ ਚੱਪਾ ਲੱਗਦਾ ਕਿ ਫੈਟੀ ਲੀਵਰ ਆ ਗਿਆ ਜੀ ਫੈਟੀ ਲੀਵਰ ਬਾਈ ਡੈਫੀਨੇਸ਼ਨ ਜਿਹਨਾਂ ਆਪਾਂ ਨੂੰ ਨਾਮ ਤੋਂ ਬਾਅਦ ਲੱਗਦਾ ਹੈ ਫੈਟੀ ਮੀਨਸ ਕਿ ਫੈਟ ਲੀਵਰ ਮੀਨਸ ਲੀਵਰ ਸੋ ਜਦੋਂ ਫੈਟ ਲੀਵਰ 'ਚ ਜ਼ਿਆਦਾ ਜਮ ਜਾਂਦਾ ਉਹਨੂੰ ਸੇ ਫੈਟੀ ਲੀਵਰ ਕਹਿੰਦੇ ਆ ਜੀ ਆਮ ਬੰਦਾ ਕਹਿੰਦਾ ਕਿ ਵੀ ਫੈਟ ਲੀਵਰ 'ਚ ਜੰਮਿਆ ਵੀ ਕੁਝ ਨਹੀਂ ਛੋਟੀ ਜਿਹੀ ਗੱਲ ਨਹੀਂ ਇਹ ਫੈਟੀ ਲੀਵਰ ਲੰਬੇ ਟਾਈਮ ਦੇ ਵਿੱਚ ਜੇ ਪਿਆ ਰਹੇ ਇਸ ਤਰ੍ਹਾਂ ਨਾ ਇਹਦਾ ਪ੍ਰੋਪਰ ਇਲਾਜ ਹੋ ਇਹ ਹੈਪਾਟਾਈਟਸ ਲਿਵਰ ਨੂੰ ਲਿਵਰ ਚ ਸੋਜਿਸ਼ ਆਨਾ ਹੈਪਾਟਾਈਟਸ ਕਨਵਰਟ ਹੋ ਸਕਦਾ ਹੈ ਜ ਜਦੋਂ ਲੇਟਰ ਔਨ ਅਰਦਸਲਾਬਾਦ ਲਿਵਰ ਸਿਰੋਸਿਸ ਸਿਰੋਸਿਸ ਮੀਨਸ ਲਿਵਰ ਅੰਦਰੋਂ ਖਤਮ ਹੋ ਜਾਂਦਾ ਲਿਵਰ ਸਿੰਗੜੇ ਜਾਂਦਾ ਛੋਟਾ ਹੋ ਜਾਂਦਾ ਸਿਰੋਸਿਸ ਬਣ ਸਕਦਾ ਹੈ ਤੇ ਤੁਸੀਂ ਹੈਰਾਨ ਹੋਵੋਗੇ ਕਿ ਲਾਸਟ ਸਟੇਜ ਜਿਹੜੀ ਹੈ ਇਵਨ ਲਿਵਰ ਕੈਂਸਰ ਦੀ ਡਿਵੈਲਪ ਹੋ ਸਕਦੀ ਹੈ ਫੈਟੀ ਲਿਵਰ ਕਰਕੇ ਜੀ ਸੋ ਆਪਾਂ ਨੂੰ ਬਹੁਤ ਧਿਆਨ ਰੱਖਣਾ ਹੈ ਫੈਟੀ ਲਿਵਰ ਇੱਕ ਐਸੀ ਚੀਜ਼ ਹੈ ਕਿ ਇਸ ਜੇ ਤੁਸੇ ਫੈਟੀ ਲਿਵਰ ਪਹਿਲੀ ਸਟੇਜ ਤੇ ਫੜ ਲਿਆ ਕਿ ਫੈਟੀ ਲਿਵਰ ਪੇਸ਼ੈਂਟ ਨੂੰ ਹੈਗਾ ਉਸ ਸਮੇਂ ਇਲਾਜ ਸ਼ ਤੇ ਤਾਂ ਕਿ ਆਪਾਂ ਨੂੰ ਇਹ ਚਾਹੀਦਾ ਕਿ ਜਦੋਂ ਸਾਨੂੰ ਫੈਟੀ ਲੀਵਰ ਆਇਆ ਸਾਨੂੰ ਜਿਹੜੇ ਕਨਸਰਨਡ ਲੀਵਰ ਦੇ ਪੇਸ਼ਟ ਸਪੈਸ਼ਲਿਸਟ ਡਾਕਟਰ ਨੂੰ ਮਿਲੀਏ ਫੈਟੀ ਲੀਵਰ ਦਾ ਲਾਜ ਕਰਾਈਏ ਤਾਂ ਕਿ ਸਾਡਾ ਲੀਵਰ ਅੱਗੇ ਹੋਰ ਵੱਡੀ ਸਟੇਜ 'ਤੇ ਨਾ ਜਾਏ ਸੋ ਕੋਈ ਸਟੇਜ ਤੋਂ ਆਪਾਂ ਨੂੰ ਠੀਕ ਕਰ ਸਕੀ। ਹਾਂਜੀ। ਇਹ ਦੱਸੋ ਜੀ ਫੈਟੀ ਲੀਵਰ ਆ ਹੀ ਗਿਆ। ਫਿਰ ਫੈਟੀ ਲੀਵਰ ਨੂੰ ਕਿਸ ਤਰ੍ਹਾਂ ਮਤਲਬ ਆਪਾਂ ਡਾਇਗਨੋਸ ਕਿਦਾਂ ਕਰਦੇ ਹਾਂ? ਫੈਟੀ ਲੀਵਰ ਹਾਂ ਫਿਰ ਦੇਖੋ ਦੇਖੋ ਫੈਟੀ ਲੀਵਰ ਜਿਹੜਾ ਬੇਸਿਕਲੀ ਇਹ ਦੋ ਤਿੰਨ ਟੈਸਟ ਕਾਮਨ ਹੈ ਜਿਹਦਾ ਪੱਲਾ ਦਾ ਆਪਾਂ ਨੂੰ ਫੈਟੀ ਲੀਵਰ ਹੈ। ਹਾਂਜੀ ਨੰਬਰ 1 ਟੈਸਟ ਈਜ਼ ਕਿ ਅਲਟਰਾਸਾਉਂਡ ਜਿਹੜਾ ਤੁਸੀਂ ਗੱਲ ਕੀਤੀ ਬੇਸਿਕਲੀ ਅੱਜ ਕੱਲ ਆਪਾਂ ਕਹਿੰਦੇ ਕਿ ਚਲੋ ਆਪਣਾ ਥੋੜਾ ਪੇਟ ਭਾਰੀ ਰਹਿੰਦਾ ਆਪਾਂ ਸਕੈਨ ਕਰਾਈਏ ਸਕੈਨ ਚ ਆ ਜਾਂਦਾ ਸ਼ੋਅ ਕਰ ਦਿੰਦੇ ਡਾਕਟਰ ਲਿਖ ਕੇ ਦਿੰਦੇ ਤੁਹਾਨੂੰ ਫੈਟੀ ਲੀਵਰ ਹੈ ਜੀ ਦੂਸਰਾ ਬਲੱਡ ਟੈਸਟ ਜਿੰਨ ਆਪਾਂ ਕਹਿੰਦੇ ਐਲ ਐਫ ਟੀ ਲੀਵਰ ਫੰਕਸ਼ਨ ਟੈਸਟ ਜੀ ਲੀਵਰ ਫੰਕਸ਼ਨ ਟੈਸਟ ਸੀ ਵਿੱਚ ਪਰ ਦੇਖਿਆ ਫੈਟੀ ਲੀਵਰ ਵਾਲੇ ਪੇਸ਼ੈਂਟਸ ਨੂੰ ਐਸ ਜੀ ਆਟੀ ਐਸ ਜੀ ਪੀਟੀ ਤਰ੍ਹਾਂ ਦੇ ਦੋ ਐਨਜ਼ਾਈਮਸ ਹੁੰਦੇ ਜਿਹੜੇ ਕਿ ਵੱਜ ਜਾਂਦੇ ਜਦੋਂ ਸਾਨੂੰ ਪਹਿਲਾ ਡਾਊਟ ਪੈਂਦਾ ਕਿ ਪੇਸ਼ੈਂਟ ਨੂੰ ਫੈਟੀ ਜੀ ਤਾਂ ਕਿ ਨੋਰਮਲ ਟੈਸਟ ਦਾ ਮਤਲਬ ਇਹ ਨਹੀਂ ਕਿ ਫੈਟੀ ਲੀਵਰ ਨਹੀਂ ਹੈ ਬਟ ਜੇ OTPT SGOT AGPT ਵਧੇ ਹੋਣ ਤਾਂ ਇੱਕ ਨਿਸ਼ਾਨੀ ਹੈ ਕਿ ਪੇਸ਼ੈਂਟ ਫੈਟੀ ਲੀਵਰ ਹੋ ਸਕਦਾ ਹੈ ਜੀ ਸੋ ਤੀਸਰੀ ਜਿਹੜੀ ਇੱਕ ਜਿਹੜੀ ਕਾਮਨ ਟੈਸਟ ਹੈ ਜਦੋਂ ਪਲਾ ਦਾ ਪੇਸ਼ੈਂਟ ਫੈਟੀ ਲੀਵਰ ਹੈ ਕਿ ਉਹ ਬਲੱਡ ਦੇ ਵਿੱਚ ਦਾ ਕੋਲੈਸਟ੍ਰੋਲ ਲੈਵਲ ਚੈੱਕ ਕਰਦੇ ਆ ਇਹ ਦੇਖਿਆ ਗਿਆ ਕਿ ਫੈਟੀ ਲੀਵਰ ਪੇਸ਼ੈਂਟ ਦੇ ਖੂਨ ਦੇ ਵਿੱਚ ਵੀ ਕੋਲੈਸਟ੍ਰੋਲ ਟ੍ਰਾਈਗਲਿਸਟਾਈਡਸ ਜਿਹੜੇ ਆਪਣੇ ਚਰਬੀ ਹੁੰਦੀ ਹੈ ਕਾਫੀ ਜ਼ਿਆਦਾ ਹੁੰਦੀ ਹੈ। ਜੀ। ਸੋ ਆਪਾਂ ਜੇ ਸਿੰਪਲ ਇੱਕ ਲਿਪਰਡ ਪ੍ਰੋਫਾਈਲ ਜਿਹੜੀ ਹੁੰਦੀ ਹੈ ਸਾਰੇ ਕੋਲੇਸਟ੍ਰੋਲ ਤੇ ਚਰਬੀ ਆਪਣੇ ਟੈਸਟ ਹੁੰਦੇ ਜਾਂ ਕਰਾਈਏ ਤੇ ਇਨ ਪੇਸ਼ੈਂਟ ਦੇ ਵਿੱਚ ਉਹ ਲੈਵਲਸ ਕਾਫੀ ਵਧੇ ਹੁੰਦੇ ਆ। ਜੀ। ਸੋ ਆਪਾਂ ਬਲੱਡ ਟੈਸਟ ਨਾਲ ਵੀ ਸਾਨੂੰ ਫੈਟੀ ਲੀਵਰ ਦੇ ਬਾਰੇ ਆਈਡੀਆ ਹੋ ਸਕਦਾ। ਜੀ। ਇੱਕ ਨੋਸਾ ਫਾਈਬਰੋਸਕੈਨ ਬਾਰੇ ਬੜਾ ਅੱਜਕਲ ਹੈ ਕਿ ਫਾਈਬਰੋਸਕੈਨ ਡਾਕਟਰ ਮੈਨੂੰ ਕਹਿ ਦਿੰਦਾ ਕਾਫੀ ਪੇਸ਼ੈਂਟ ਪੁੱਛਦੇ ਆ ਕਿ ਫਾਈਬਰੋਸਕੈਨ ਕੀ ਚੀਜ਼ ਹੈ। ਬੇਸਿਕਲੀ ਇਹ ਕਿ ਫਾਈਬਰੋਸਕੈਨ ਅੱਜਕਲ ਨ ਇਦੇ ਵਿੱਚ ਵੀ ਜਿਹਨਾਂ ਫਾਈਬਰੋਮਿਸ ਫਾਈਬਰੋਸਿਸ ਫਾਈਬਰੋਸਿਸ ਮੀ ਜਿਹੜੇ ਲੀਵਰ ਦੇ ਵਿੱਚ ਅੰਦਰ ਫਾਈਬਰਸ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਇਹ ਜਿਹੜਾ ਸਕੈਨ ਹੈ ਇਹ ਚੈੱਕ ਕਰਦਾ ਹੈ ਲੀਵਰ 'ਚ ਫਾਈਬਰਸ ਬੰਦੇ ਪਏ ਫਾਈਬਰਸ ਇੱਕ ਜਿਹੜੀ ਸਟੇਜ ਹੈ ਉਹ ਐਡਵਾਂਸ ਸਟੇਜ ਮੰਨੀ ਗਈ ਹੈ ਜਦ ਲੀਵਰ ਨੂੰ ਕਾਫੀ ਨੁਕਸਾਨ ਹੋ ਜਾਂਦਾ ਹੈ ਹੈਪਟਾਈਟਸ ਜੇ ਲੀਵਰ 'ਚ ਇਨਫਲਮੇਸ਼ਨ ਹੋਈ ਦੀ ਉਹਦੇ ਬਾਅਦ ਹੀ ਸਟੇਜ ਫਾਈਬਰੋਸਿਸ ਦੀ ਸਟੇਜ ਮੰਨੀ ਜਾਂਦੀ ਹੈ ਸੋ ਫਾਈਬਰੋ ਸਕੈਨ ਨਾਲ ਆਪਾਂ ਇਹ ਚੈੱਕ ਕਰਦੇ ਆ ਲੀਵਰ 'ਚ ਕਿੰਨੇ ਕੀ ਫਾਈਬਰਸ ਬਣੇ ਆ ਲੀਵਰ ਨੂੰ ਕਿੰਨਾ ਨੁਕਸਾਨ ਹੋਇਆ ਚ ਕਿਸੇ ਬੰਦੇ ਦਾ ਜਿਹੜਾ ਸਕੋਰ ਹੈ ਚ ਫਾਈ ਜੇ 10 ਤੋਂ ਉੱਪਰ ਹੈ ਇਹਦਾ ਮਤਲਬ ਹੈ ਕਿ ਲਿਵਰ ਨੂੰ ਕਾਫੀ ਨੁਕਸਾਨ ਹੋਇਆ ਤੇ ਪੇਸ਼ੈਂਟ ਸਰੋਸਿਸ ਵਾਲੀ ਸਟੇਜ ਦੇ ਵਿੱਚ ਜਾ ਰਿਹਾ ਤੇ ਕੱਲ ਨੂੰ ਉਹ ਚ ਲਿਵਰ ਕੈਂਸਰ ਦੀ ਸਟੇਜ ਵੀ ਡਿਵੈਲਪ ਹੋ ਸਕਦੀ ਹੈ ਬਸ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਸਾਡੇ ਖੂਰ ਕੋਲਰ ਜੁੜਿਆ ਹੈ ਹੈਲੋ ਜਸਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆਪਣਾ ਸਵਾਲ ਕਰੋ ਹੈਲੋ ਹਾਂ ਜੀ ਜਸਪਾਲ ਜੀ ਆਪਣਾ ਸਵਾਲ ਕਰੋ ਆਵਾਜ਼ ਨਹੀਂ ਆ ਰਹੀ ਸਵਾਲ ਕਰੋ ਅਸੀਂ ਸੁਣਦੇ ਹਾਂ ਤੁਹਾਡਾ ਹੈਲੋ ਅਸੀਂ ਤੁਹਾਡਾ ਸਵਾਲ ਸੁਣ ਰਹੇ ਹਾਂ ਜੋ ਕਰੋ ਹੈਲੋ ਹੈਲੋ ਆਪਣਾ ਸਵਾਲ ਜਾਰੀ ਰੱਖੋ ਜੀ ਹੈਲੋ ਹੈਲੋ ਚਲੋ ਆਪਾਂ ਦੋਸਤ ਕੋਲ ਬਾਤ ਜਾਰੀ ਰੱਖਦੇ ਹਾਂ ਇਹ ਦੋਸਤ ਫਾਈਬਰੋਸਕੈਨ ਤੇ ਆਪਾਂ ਗੱਲ ਕਰ ਰਹੇ ਸੀ ਫਾਈਬਰੋਸਕੈਨ ਚ ਜੇ ਫਾਈਬਰ ਜ਼ਿਆਦਾ ਆ ਜਾਂਦਾ ਜੀ ਇਹ ਆ ਜਾਂਦਾ ਹੈ ਫਿਰ ਆਪਾਂ ਫਰਦਰ ਕੀ ਕਰਦੇ ਹਾਂ ਸਰ ਦੇਖੋ ਜੇ ਫਾਈਬਰੋਸਕੈਨ ਦੇ ਵਿੱਚ ਤੁਹਾਡਾ ਐਡਵਾਂਸ ਸਕੋਰ ਆਉਂਦਾ ਸਕੋਰ ਤੁਹਾਡਾ 10 ਤੋਂ ਉੱਪਰ ਹੈ ਤੁਸੀਂ ਸਮਝ ਲਓਗੇ ਤੁਹਾਡੇ ਲੀਵਰ ਨੂੰ ਕਾਫੀ ਨੁਕਸਾਨ ਹੋਇਆ ਹੈ ਹਾਂਜੀ ਤੁਸੀਂ ਇਮੀਡੀਏਟ ਆਪਣੇ ਲੀਵਰ ਸਪੈਸ਼ਲਿਸਟ ਨੂੰ ਮਿਲੋ ਆਪਣੇ ਲੀਵਰ ਦੇ ਬਾਕੀ ਟੈਸਟ ਕਰਵਾਓ ਹਾਂਜੀ ਐਂਡੋਸਕੋਪੀ ਅਲਟਰਾਸਾਉਂਡ ਜਿਹੜੇ ਦੂਸਰੇ ਸਾਰੇ ਟੈਸਟ ਹੈ ਐਲਫਟੀਸਾਇ ਟੈਸਟ ਕਰਵਾਈਏ ਤਾਂਕਿ ਆਪਾਂ ਨੂੰ ਪਤਾ ਲੱਗੇ ਕਿ ਸਾਨੂੰ ਲੀਵਰ ਨੂੰ ਕਿੰਨਾ ਨੁਕਸਾਨ ਹੋਇਆ ਤੇ ਆਪਾਂ ਅਰਲੀ ਸਟੇਜ ਦੇ ਵਿੱਚ ਉਹਦਾ ਇਲਾਜ ਸ਼ੁਰੂ ਕਰੀਏ ਤਾਂਕਿ ਕੱਲ ਨੂੰ ਆਪਾਂ ਨੂੰ ਸਿਰੋਸਿਸ ਜਾਂ ਲੀਵਰ ਕੈਂਸਰ ਤੋਂ ਆ ਫੈਟੀ ਲੀਵਰ ਦੇਖੋ ਬੇਸਿਕਲੀ ਮੈਂ ਜਿਸ ਤਰ੍ਹਾਂ ਦੱਸਿਆ ਕਿ ਫੈਟੀ ਲੀਵਰ ਦਾ ਕਾਫੀ ਲਿੰਕ ਆਪਣੇ ਜੀਵਨ ਸ਼ੈਲੀ ਤੋਂ ਹੈ ਆਪਣੇ ਖਾਣ-ਪਾਨ ਤੋਂ ਹੈ ਸੋ ਕੋਲੋਂ ਪਹਿਲੀ ਫਸਟ ਹੈ ਜਿਹਦੇ ਆਪਾਂ ਕਹੀਏ ਫੈਟੀ ਲੀਵਰ ਦਾ ਲਾਚ ਕੀ ਹੈ ਕਿ ਆਪਾਂ ਨੂੰ ਆਪਣੀ ਜੀਵਨ ਸ਼ੈਲੀ ਚਾਪਨ ਨੂੰ ਮੈਕਸਮਮ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸੈਰ ਕਰਨੀ ਚਾਹੀਦੀ ਹੈ ਰੈਸਟ ਤਲੀਆਂ ਚੀਜ਼ਾਂ ਮਸਾਲੇ ਕਿਉਂ ਘੱਟ ਖਾਣੇ ਚਾਹੀਦੇ ਹੈ ਜੰਕ ਫੂਡ ਸਟਰੀਟ ਫੂਡ ਤੋਂ ਬਚਾ ਰੱਖਣਾ ਚਾਹੀਦਾ ਤੇ ਆਪਾਂ ਨੂੰ ਫਿਜ਼ੀਕਲ ਐਕਟੀਵਿਟੀ ਮੈਕਸਮਮ ਰੱਖਣੀ ਚਾਹੀਦੀ ਹੈ ਆਪਾਂ ਨੂੰ ਜ਼ਿਆਦਾ ਰਾਮ ਨਹੀਂ ਕਰਨਾ ਚਾਹੀਦਾ ਤੁਰਨਾ ਫਿਰਨਾ ਚਾਹੀਦਾ ਸੋ ਜੇ ਆਪਾਂ ਗੱਲਾਂ ਕਰੀਏ ਕਿ ਇਹਦੇ ਕੀ ਦਵਾਈਆਂ ਕਿਹੜੀਆਂ ਅਵੇਲੇਬਲ ਹੈ ਫੈਟੀ ਲਿਵਰ ਦੀਆਂ ਅੱਜਕੱਲ ਆਪਾਂ ਨਾਰਮਲੀ ਇੱਕ ਯੂਡੀਸੀਏ ਜਾਂ ਯੂਸੋਡਿਓਕਸੀਕੋਲਿਕ ਐਸਿਡ ਇੱਕ ਗੋਲੀ ਹੈਗੀ ਹੈ ਯੂਸੋਫੋਰਡ ਦੀ ਜਿਹੜੀ ਨਾਰਮਲੀ ਆਪਾਂ ਦਿੰਨੇ ਆ 300 ਮਿਲੀਗ੍ਰਾਮ ਸਵੇਰੇ ਸ਼ਾਮ ਜੀ ਜੇ ਫੈਟੀਵਲ ਇਨਫਰਟੀ ਲਿਵਰ ਵਾਲੇ ਪੇਸ਼ੰਟ ਦਾ ਕੋਲੈਸਟ੍ਰੋਲ ਵਧਿਆ ਹੈ ਫਿਰ ਆਪਾਂ ਨੂੰ ਕੋਲੈਸਟ੍ਰੋਲ ਡਾਊਨ ਕਰਨ ਵਾਲੀ ਗੋਲੀ ਨਾਲ ਲੈਣੀ ਚਾਹੀਦੀ ਹੈ ਜੀ ਸੋ ਬੇਸਿਕਲੀ ਇਹਦੀ ਦਵਾਈਆਂ ਜ਼ਿਆਦਾ ਕੋਲੈਸਟ੍ਰੋਲ ਡਾਊਨ ਕਰਨ ਵਾਲੀ ਦਵਾਈਆਂ ਹੈਗੀਆਂ ਜਾਂ ਲਿਵਰ ਦੀ ਸੋਜਿਸ਼ ਘਟਾਉਣ ਵਾਲੀ ਜਿਹੜੀ ਗੋਲੀਆਂ ਉਹੀ ਹੈਗੀਆਂ ਯਾਰ ਫਿਰ ਲਾਈਫਸਟਾਈਲ ਯਾ ਦਾ ਫੂਡ ਨਾਲ ਦੇ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਆਪਣਾ ਲਾਈਫਸਟਾਈਲ ਤੇ ਖਾਣ ਪੀਣ ਹੈ ਜਿਹੜਾ ਕਿ ਆਪਾਂ ਕੰਟਰੋਲ ਕਰੀਏ ਉਹਦੋਂ ਆਪਣਾ ਫੈਟੀ ਲੀਵਰ ਕਿਤਾਇ ਜਾ ਸਕਦਾ ਦੋਸਤੋ ਜਿਹੜਾ ਫੈਟੀ ਲੀਵਰ ਕਿਸਨ ਹੋ ਜਾਏ ਇਹ ਰਿਵਰਸਿਬਲ ਹੈ ਮਤਲਬ ਦੁਆਰਾ ਕਿ ਦੁਆਰਾ ਬੇਸਿਕਲੀ ਇਹ ਬੜੀ ਅੱਛੀ ਗੱਲ ਹੈ ਕਿ ਵੀ ਫੈਟੀ ਲੀਵਰ ਇੱਕ ਐਸੀ ਸਟੇਜ ਹੈ ਜਿਹੜੀ ਕਿ ਰਿਵਰਸ ਕੀਤੀ ਜਾ ਸਕਦੀ ਹੈ ਸੋ ਫੈਟੀ ਲੀਵਰ ਵਾਲੀ ਸਟੇਜ ਤੇ ਜੇ ਆਪਾਂ ਪ੍ਰੋਪਰ ਆਪਣੇ ਤੇ ਸਾਰੀ ਆਪਣੀ ਆਦਤਾਂ ਤੇ ਕੰਟਰੋਲ ਰੱਖੀਏ ਪ੍ਰੋਪਰ ਆਪਣਾ ਆਪਣਾ ਟ੍ਰੀਟਮੈਂਟ ਕਰਵਾਈਏ ਤੇ ਫੈਟੀ ਲੀਵਰ ਵਾਲਾ ਪੇਸ਼ੈਂਟ ਜਿਹੜ ਹੈਲੋ ਉੱਪਰ ਤਾਂ ਲਾਈਕ ਹੈਲੋ ਹਾਂਜੀ ਹਰਜਿੰਦਰ ਸਿੰਘ ਜੀ ਆਪਣਾ ਸਵਾਲ ਕਰੋ ਹੈਲੋ ਹਾਂਜੀ ਆਪਣਾ ਸਵਾਲ ਕਰੋ ਜੀ ਹਾਂਜੀ ਸਰ ਹੈਲੋ ਹਾਂਜੀ ਆਪਣਾ ਸਵਾਲ ਕਰੋ ਜੀ ਸਰ ਮੈਨੂੰ ਨਾ ਮੈਨੂੰ ਮੈਨੂੰ ਕਿਡਨੀ ਦੀ ਵੀ ਪ੍ਰੋਬਲਮ ਹੈ ਡਾਕਟਰ ਮੈਨੂੰ ਪੱਤੇ ਵਾਲੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਮਨਾ ਕੀਤੀਆਂ ਹੋਈਆਂ ਨੇ ਹਾਂਜੀ ਮੈਨੂੰ ਮੈਨੂੰ ਵੀ ਇਹ ਪ੍ਰੋਬਲਮ ਹੈ ਡਾਕਟਰ ਨੂੰ ਮੈਨੂੰ ਲੱਗਦਾ ਇਹਨਾਂ ਦਾ ਸਵਾਲ ਇਹ ਹੈ ਕਿ ਮੈਨੂੰ ਗੁਰਦੇ ਦੀ ਪ੍ਰੋਬਲਮ ਹੈ ਲਿਵਰ ਦੀ ਕਿਡਨੀ ਦੀ ਪ੍ਰੋਬਲਮ ਹੈ ਤੇ ਲਿਵਰ ਦਾ ਕਿੱਦਾਂ ਨਾਲ ਧਿਆਨ ਰੱਖਣ ਡਾਈਟ ਦਾ ਕਿਉਂਕਿ ਲਿਵਰ ਵੀ ਠੀਕ ਰਹੇ ਹਾਂਜੀ ਹਾਂਜੀ ਬੇਸਿਕਲੀ ਦੇਖੋ ਉੱਚ ਜਿਹੜੇ ਧਿਆਨ ਸੇਮ ਰਹਿਣਗੇ ਚਾਹੇ ਆਪਾਂ ਨੂੰ ਗੁਰਦੇ ਦੀਆਂ ਬਿਮਾਰੀਆਂ ਨਾਲ ਹੋਣਾ ਜਾਂ ਆਪਾਂ ਨੂੰ ਹਾਰਦੀ ਪ੍ਰੋਬਲਮ ਹੈ ਆਪਾਂ ਨੂੰ ਤਲੀਆਂ ਚੀਜ਼ਾਂ ਮਸਾਲੇ ਕਿਉਂ ਨਹੀਂ ਖਾਣੇ ਆਪਾਂ ਨੂੰ ਕਹਿੰਦੇ ਸਾਫ਼ ਸਫਾਈ ਰੱਖਣੀ ਹੈ ਜੰਕ ਫੂਡ ਸਟ੍ਰੀਟ ਫੂਡ ਤੋਂ ਬਚਣਾ ਆਪਾਂ ਨੂੰ ਸ਼ਰਾਬ ਤੋਂ ਬਿਲਕੁਲ ਬਚਾਰ ਰੱਖਣਾ ਹੈ ਜੀ ਤੇ ਨਾਲ ਆਪਣੀ ਜਿਹੜੀ ਹੈਗੀ ਆ ਆਪਾਂ ਨੂੰ ਕਿਉਂਕਿ ਆਪਰ ਨੂੰ ਕਿਡਨੀ ਦੀ ਪ੍ਰੋਬਲਮ ਨਾਲ ਜ਼ਿਆਦਾ ਹੈਗੀ ਆ ਆਪਾਂ ਨੂੰ ਈਵਨ ਫਲ ਫਰੂਟ ਆਪਾਂ ਥੋੜੇ ਕਹਿ ਸਕਦੇ ਜੂਸ ਕਿਉਂਕਿ ਕਿਡਨੀ ਵਾਲੇ پیشنਟ ਥੋੜੇ ਮਨਾ ਹੁੰਦੇ ਤੇ ਉਹ ਚੀਜ਼ਾਂ ਥੋੜੀਆਂ ਘੱਟ ਲੈਣ ਹਾਂਜੀ ਤੇ ਬਾਕੀ ਜਿਹੜੇ ਹੈਗੇ ਪਰਹੇਜ ਆਲਮੋਸਟ ਸੇਮ ਹੈ ਆਪਾਂ ਨੂੰ ਮਸਾਲੇ ਤੇਲ ਤੇ ਤਲਿੱਚੇ ਜਿਹੇ ਮਸਾਲੇ ਕੋ ਤਾਂ ਪਰਹੇਜ ਰੱਖਣਾ ਚਾਹੀਦਾ ਜੀ ਇਹ ਦੋਸਤ ਆਪਣੇ ਕੋਲ ਟਾਈਮ ਥੋੜਾ ਰਹਿ ਗਿਆ ਮੈਂ ਚਾਹੁੰਗਾ ਥੋੜਾ ਜਿਹਾ ਦਰਸ਼ਕਾਂ ਨੂੰ ਆਪਾਂ ਦੱਸੀ ਕਲੋਨੋਸਕੋਪੀ ਕੀ ਹੁੰਦੀ ਹੈ ਹਾਂਜੀ ਦੇਖੋ ਜਿਸ ਤਰ੍ਹਾਂ ਐਂਡੋਸਕੋਪੀ ਹੈ ਇਸ ਤਰ੍ਹਾਂ ਹੀ ਕੋਲੋਨੋਸਕੋਪੀ ਹੈ ਕੋਲੋਨੋਸਕੋਪੀ ਬੇਸਿਕਲੀ ਆਪਾਂ ਵੱਡੀ ਆਂਤਰੀ ਨੂੰ ਚੈੱਕ ਕਰਦੇ ਹਾਂ ਐਂਡੋਸਕੋਪੀ ਜਿਹੜੀ ਨਾਰਮਲੀ ਆਪਾਂ ਅਪਰ ਫੂਡ ਪਾਈਪ ਮੈਦਾ ਤੇ ਛੋਟੀ ਆਂਤਰੀ ਚੈੱਕ ਕਰਦੇ ਹਾਂ ਕੋਲੋਨੋਸਕੋਪੀ ਆਪਾਂ ਨਾਰਮਲੀ ਵੱਡੀ ਆਂਤਰੀ ਚੈੱਕ ਕਰਦੇ ਹਾਂ ਇਸ ਇਹਨੂੰ ਆਪਾਂ ਆਪਣੇ ਥੱਲੇ ਟੋਲਟ ਵਾਲੇ ਰਸਤੇ ਤੋਂ ਚੈੱਕ ਕਰਦੇ ਹਾਂ ਤੇ ਕੋਲੋਨੋਸਕੋਪੀ ਚ ਬੜੀਆਂ ਬਿਮਾਰੀਆਂ ਆਪਣੀਆਂ ਵੱਡੀਆਂ ਆਂਤਰੀਆਂ ਦੇ ਕਈ ਕੈਂਸਰ ਰਹਿ ਗਏ ਆ ਕਈ ਬਵਾਸੀਅਰ ਦੀਆਂ ਬਿਮਾਰੀਆਂ ਹੈਗੀਆਂ ਆ ਜਾਂ ਕਿ ਆਪਾਂ ਨੂੰ ਪਾਈਲਸ ਜਿਹਨੂੰ ਆਪਾਂ ਕਹਿੰ ਤੇ ਨਾਰਮਲੀ ਤੁਸੀਂ ਦੇਖਿਆ ਕਿ ਅੱਜ ਕੱਲ ਵੱਡੀਆਂ ਅੰਤੜੀਆਂ ਦੇ ਕੈਂਸਰ ਬੜੇ ਕਾਮਨ ਵੀ ਵੱਧੇ ਪਏ ਆ ਕਾਫੀ ਜ਼ਿਆਦਾ ਇਨਕਰੀਸ ਹੋ ਗਿਆ ਸਰ ਕੋ ਬੜੇ ਪੇਸ਼ੇ ਨੇ 150 ਮੇਰਾ ਭਾਰ ਕੱਢੀ ਆ ਰਿਹਾ ਮੇਰੀ ਕਮਜ਼ੋਰੀ ਰਹਿੰਦੀ ਹੈ ਤੇ ਮੇਰਾ ਖੂਨ ਘਟਿਆ ਤੇ ਮੈਨੂੰ ਕਿ ਆਂਦੇ ਥੱਲੇ ਲੈਫਟ ਟੋਲਡ ਦੇ ਕੋਲ ਰਸਤੇ ਤੇ ਮੇਰੇ ਇੱਥੇ ਦਰਦ ਹੁੰਦੀ ਹੈ ਉਸੇ ਬੜੀ ਵਾਰੀ ਚੈੱਕ ਕਰਦੇ ਸਾਨੂੰ ਪਤਾ ਲੱਗਦਾ ਵੱਡੀ ਅੰਤੜੀ ਚ ਕੈਂਸਰ ਹੈਗਾ ਤੇ ਫਿਰ ਪਾਉਸ ਆਪਣਾ ਪ੍ਰੋਪਰ ਟਰੀਟਮੈਂਟ ਕਰ ਸਕਦੇ ਸੋ ਕ੍ਰੋਨੋਸਕੋਪੀ ਇੱਕ ਐਂਡੋਸਕੋਪੀ ਦਾ ਹੀ ਪਾਰਟ ਹੈ ਜਿਹੜਾ ਕਿ ਆਪਾਂ ਨਾਰਮਲੀ ਵੱਡੀਆਂ ਆਂਤੜੀ ਨੂੰ ਥੱਲੇ ਇਦੋਂ ਬਸ ਪੂਰਾ ਪੋਰਸ਼ਨ ਦੇਖਿਆ ਜਾਂਦਾ ਭੇਟ ਦਾ ਐਂਡੋਸਕੋਪੀ ਨਾਲ ਦੌਰਨ ਕੋਲੋਨੋਸਕੋਪੀ ਹਾਂ ਦੇਖੋ ਬੇਸਿਕਲੀ ਥੋੜਾ ਹਿੱਸਾ ਫਿਰ ਵੀ ਰਹਿ ਜਾਂਦਾ ਵਿੱਚ ਨਾਰਮਲੀ ਅਸੀਂ ਐਂਡੋਸਕੋਪੀ ਨਾਲ ਉੱਪਰਲਾ 60 ਸੈਂਟੀਮੀਟਰ ਚੈੱਕ ਕਰਦੇ ਹਾਂ ਕੋਲੋਨੋਸਕੋਪੀ ਨਾਲ ਥਲੜਾ 100 150 ਸੈਂਟੀਮੀਟਰ ਚੈੱਕ ਕਰਦੇ ਹਾਂ ਵਿਚਲਾ ਆਪਣਾ 100 150 ਸੈਂਟੀਮੀਟਰ ਫਿਰ ਵੀ ਰਹਿ ਜਾਂਦਾ ਚਾਹੇ ਕਿ ਨਾਰਮਲੀ ਆਪਾਂ ਨੂੰ ਸੀਟੀ ਸਕੈਨ ਜਾਂ ਹੋਰ ਟੈਸਟ ਨਾਲ ਚੈੱਕ ਕਰਨਾ ਚਾਹੀਦਾ ਹੈ 200 ਬੜਾ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਉਮੀਦ ਹੈ ਦਰਸ਼ਕ ਇਸ ਟਾਕ ਦਾ ਪੂਰਾ ਫਾਇਦਾ ਉਠਾਣਗੇ ਤੇ ਆਪਣੀ ਕੋਈ ਵੀ ਪੀੜ ਦੀ ਸਮੱਸਿਆ ਉਹਨੂੰ ਨਜ਼ਰਅੰਦਾਜ਼ ਨਾ ਕਰਨ ਉਹਨੂੰ ਸੀਰੀਅਸਲੀ ਲੈਣ ਤੇ ਇੱਕ ਪ੍ਰੋਪਰ ਡਾਇਗਨੋਸਿਸ ਦੇ ਨਾਲ ਹੀ ਟਰੀਟਮੈਂਟ ਲੈਣ ਉਮੀਦ ਹੈ ਤੁਸੀਂ ਇਸ ਦਾ ਪੂਰਾ ਫਾਇਦਾ ਉਠਾਓਗੇ ਤੁਹਾਨੂੰ ਫਿਰ ਮੁਲਾਕਾਤ ਦਾ ਵਾਅਦਾ ਕਰਦੇ ਹੋਏ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਨਮਸਕਾਰ ਬਹੁਤ ਸਾਰਾ ਤੁਹਾਡਾ ਵੀ ਥੈਂਕ ਯੂ ਥੈਂਕ ਯੂ